ਪੰਜਾਬ ਦੇ 3 ਛੱਡ ਕੇ ਬਾਕੀ ਸਾਰੇ ਮਿਲਕ ਪਲਾਂਟ ਹੋ ਗਏ, 1-2 ਛੱਡ ਕੇ ਸਾਰੀਆਂ ਖੰਡ ਮਿੱਲਾਂ ਹੋ ਗਈਆਂ, ਪੰਜਾਬ ਦੇ ਕੋਆਪਰੇਟਿਵ ਅਤੇ ਲੈਂਡ ਮਾਰਗੇਜ ਬੈਂਕਾਂ ਸਮੇਤ ਸਾਰੇ ਸਹਿਕਾਰੀ ਅਦਾਰੇ ਘਾਟੇ ਦੇ ਵਿੱਚ ਜਾ ਰਹੇ ਆ ਅਤੇ ਹੁਣ ਡੁੱਬਣ ਦੀ ਕਗਾਰ 'ਤੇ ਪਹੁੰਚ ਗਏ ਨੇ। ਇਹ ਖਦਸ਼ਾ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਜ਼ਾਹਰ ਕੀਤਾ। ਅੱਜ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਹੋਰ ਕੀ ਕੁਝ ਖੁਲਾਸੇ ਕੀਤੇ ਹੈ ਇੱਕ ਵਾਰ ਸਿੱਧਾ ਰਾਜੇਵਾਲ ਤੋਂ ਹੀ ਸੁਣਦੇ ਹਾਂ। ਸਭ ਤੋਂ ਪਹਿਲਾਂ ਸਾਰੇ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਚ ਆਏ ਦੋਸਤਾਂ ਦਾ ਧੰਨਵਾਦ ਹੈ। ਬਹੁਤ ਹੀ ਸੈਂਸਿਟਿਵ ਮੁੱਦਾ, ਪਿਛਲੀ ਵਾਰੀ ਤੁਸੀਂ ਚੰਗੀ ਤਰ੍ਹਾਂ ਉਹਨੂੰ ਹਾਈਲਾਈਟ ਕੀਤਾ ਅਤੇ ਅੱਜ ਉਹਦੀ ਹੋਰ ਡਿਟੇਲਸ ਤੁਹਾਡੇ ਕੋਲ ਲੈ ਕੇ ਆਏ ਹਾਂ। ਉਹਨੂੰ ਸ਼ੁਰੂ ਕੀਤਾ ਤਾਂ ਬੜਾ ਸਾਨੂੰ ਖਾਸ ਤੌਰ 'ਤੇ ਕਸ਼ਟ ਹੁੰਦਾ ਕਿ ਸਾਡੀ ਜਿਹੜੀ ਲਾਈਫ ਲਾਈਨ ਹੈ ਕੋਆਪਰੇਟਿਵ, ਸਾਰੇ ਜਿੰਨੇ ਕੋਆਪਰੇਟਿਵ ਅਦਾਰੇ ਨੇ ਕੋਈ ਪੁੱਛਣ ਵਾਲਾ ਨਹੀਂ, ਸਾਰੇ ਡੁੱਬਦੇ ਜਾ ਰਹੇ ਨੇ। ਅਸੀਂ ਤਾਂ ਸਿਰਫ ਮਿਲਕ ਪਲਾਂਟਾਂ ਦੀ ਗੱਲ ਕੀਤੀ ਸੀ, ਹੁਣ ਜਦੋਂ ਸ਼ੂਗਰ ਫੈਡਰਲ ਦੇਖੀਦਾ ਤਾਂ ਜਿਹੜੀਆਂ ਸ਼ੂਗਰ ਮਿੱਲਾਂ ਨੇ ਉਹ ਵੀ ਜਾ ਰਹੀਆਂ ਨੇ। ਸਾਡੇ ਕੋਆਪਰੇਟਿਵ ਬੈਂਕ ਘਾਟੇ 'ਚ ਨੇ, ਲੈਂਡ ਮੋਰਗੇਜ ਬੈਂਕ ਘਾਟੇ 'ਚ ਨੇ ਅਤੇ ਸਾਡੇ ਮਾਰਕਫੈਡ ਵੀ ਘਾਟੇ 'ਚ ਹੈ। ਕੋਈ ਕੋਆਪਰੇਟਿਵ ਅਦਾਰਾ ਨਹੀਂ ਜਿਹੜਾ ਅੱਜ ਪ੍ਰੋਫਿਟ 'ਚ ਹੋਵੇ। ਤੋ ਅਸੀਂ ਰਜਿਸਟਰਾਰ ਕੋਆਪਰੇਟਿਵ ਸੋਸਾਇਟੀਜ਼ ਨੂੰ ਮਿਲ ਕੇ ਕਿਹਾ ਸੀ ਵੀ ਤੁਸੀਂ ਕੋਆਪਰੇਟਿਵ ਮੂਵਮੈਂਟ ਦੇ ਕਸਟੋਡੀਅਨ ਹੋ, ਤੁਸੀਂ, ਤੁਹਾਡਾ ਕੰਮ ਸਿਰਫ ਸੁਸਾਇਟੀਆਂ ਨੂੰ ਰਜਿਸਟਰ ਕਰਨਾ ਨਹੀਂ ਹੁੰਦਾ, ਤੁਹਾਡਾ ਕੰਮ ਇਹ ਵੀ ਹੁੰਦਾ ਵੀ ਉਹ ਠੀਕ ਤਰ੍ਹਾਂ ਕੰਮ ਚੱਲਦਾ, ਜੇ ਕੋਈ ਗਲਤ ਕਰਦਾ ਉਹਨਾਂ ਨੂੰ ਸਜ਼ਾਵਾਂ ਦਿਓ, ਇਨਕੁਆਇਰੀਆਂ ਕਰੋ। ਉਹਨਾਂ ਨੂੰ ਜਦੋਂ ਅਸੀਂ ਪੁੱਛਿਆ ਵੀ ਤੁਹਾਨੂੰ ਪਤਾ ਤੁਹਾਡੇ ਕੋਆਪਰੇਟਿਵ ਅਦਾਰਿਆਂ ਦਾ ਕੀ ਹਾਲ ਹੈ, ਸਾਨੂੰ ਬਹੁਤ ਅਫਸੋਸ ਹੋਇਆ ਰਜਿਸਟਰਾਰ ਸਾਹਿਬ ਨੂੰ, ਜਾਂ ਤਾਂ ਉਹ ਝੂਠ ਬੋਲਦੇ ਸੀ, ਉਹ ਕਹਿੰਦੇ ਸੀ ਮੈਨੂੰ ਨਹੀਂ ਪਤਾ। ਨਾਲ ਹੀ ਉਹਨਾਂ ਦੀ ਪੂਰੀ ਟੀਮ ਸੀ, ਸਾਰੇ ਐਡੀਸ਼ਨਲ ਰਜਿਸਟਰਾਰ ਬੈਠੇ ਸੀ, ਅਸੀਂ 2 ਘੰਟੇ ਬੈਠ ਕੇ ਇੱਕ ਇੱਕ ਇਸ਼ੂ 'ਤੇ ਚਰਚਾ ਕੀਤੀ। ਉਹ ਇਸ ਤਰ੍ਹਾਂ ਪੋਜ਼ ਕਰ ਰਹੇ ਸੀ ਜਿਵੇਂ ਉਹਨਾਂ ਨੂੰ ਕੁਛ ਪਤਾ ਹੀ ਨਹੀਂ। ਅਸੀਂ ਉਹਨਾਂ ਨੂੰ ਕਿਹਾ ਵੀ ਜਦ ਤੁਸੀਂ, ਹਾਲ ਇਹ ਹੋ ਗਿਆ ਵੀ ਜੇ ਇੱਕ ਘਪਲਾ ਕਿਤੇ ਕੋਈ ਕਰਦਾ ਹੈ, ਤੁਸੀਂ ਉਹਨੂੰ ਹੋਰ ਉਹ ਤੋਂ ਅਗਲੇ ਅਦਾਰੇ ਦੇ ਵਿੱਚ ਲਾ ਦਿੰਦੇ ਹੋ, ਜਾ ਕੇ ਉੱਥੇ ਹੋਰ ਵੱਢਦੇ, ਅਤੇ ਇਹਨੂੰ ਕੌਣ ਚੈੱਕ ਕਰੂ? ਜੇ ਕੋਆਪਰੇਟਿਵ ਮਰ ਗਈ, ਲਾਈਫ ਲਾਈਨ ਹੈ ਕਿਸਾਨੀ ਦੀ, ਤਾਂ ਇਹਦਾ ਬਹੁਤ ਵੱਡਾ ਨੁਕਸਾਨ ਹੋਏਗਾ। ਜਦੋਂ ਮੈਂ ਤੁਹਾਨੂੰ ਪਤਾ ਸਾਰੇ ਨੂੰ ਸਪਿਨ ਫੈਡ, ਵੀਵਕੋ, ਹਾਊਸ ਫੈਡ ਸਭ ਦਾ ਭੋਗ ਪੈ ਗਿਆ, ਅਤੇ ਮੈਂ ਜਿੱਦਾਂ ਜ਼ਿਕਰ ਕੀਤਾ ਪਹਿਲਾਂ ਬਾਕੀ ਦਿਨ ਦੀ ਤਿਆਰੀ ਹੈ। ਹਾਲ ਇਹ ਹੈ ਵੀ ਸਾਡੇ ਜੇ ਮੈਂ ਮਿਲਕ ਪਲਾਂਟਾਂ ਦਾ ਮੈਂ ਡਿਟੇਲ ਜ਼ਿਕਰ ਕੀਤੀ ਆ, ਗੁਰਦਾਸਪੁਰ 65 ਕਰੋੜ ਘਾਟੇ 'ਚ ਹੈ, ਬਠਿੰਡਾ 15.5 ਕਰੋੜ, ਜਲੰਧਰ 2.5 ਕਰੋੜ, ਹੁਸ਼ਿਆਰਪੁਰ 7 ਕਰੋੜ, ਸੰਗਰੂਰ 49 ਕਰੋੜ, ਫਾਜ਼ਿਲਕਾ 11 ਕਰੋੜ, ਫਰੀਦਕੋਟ 10 ਕਰੋੜ, ਪਟਿਆਲਾ 9.5 ਕਰੋੜ, ਬੱਸੀ ਪਠਾਣਾ 25 ਕਰੋੜ। ਇਹ ਮਿਲਕ ਪਲਾਂਟ ਘਾਟੇ 'ਚ ਨੇ, ਕਦੋਂ ਉੱਠਣਗੇ? ਇਹ ਐਵੇਂ ਨਹੀਂ ਘਾਟੇ 'ਚ ਗਏ। ਅਸੀਂ ਇਹਦੇ ਜ਼ਿਕਰ ਕੀਤਾ ਵੀ ਵੱਡੇ ਘਪਲੇ ਹੋਏ ਨੇ, ਮਿਲਕਫੈਡ ਦਾ ਇਤਿਹਾਸ ਇਹ ਬਣ ਗਿਆ ਵੀ ਜਿੰਨਾ ਜਿਹੜਾ ਅਧਿਕਾਰੀ ਵੱਡਾ, ਜਿੰਨਾ ਵੱਡਾ ਘਪਲਾ ਕਰਦਾ ਉਹਨੂੰ ਉਹ ਤੋਂ ਵੱਡੇ ਪਲਾਂਟ ਵਿੱਚ ਲਾ, ਜਿੱਦਾਂ ਮੈਂ ਪਹਿਲਾਂ ਕਿਹਾ, ਲਾ ਦਿੱਤਾ ਜਾਂਦਾ। ਮੈਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ, ਸਾਡਾ ਕੈਸ਼ ਐਂਡ ਕੈਰੀ ਦਾ ਪ੍ਰੋਗਰਾਮ ਹੈ ਸਾਰਾ, ਜਿਹੜਾ ਮਿਲਕ ਪਲਾਂਟ ਤੋਂ ਕੋਈ ਮਿਲਕ ਪ੍ਰੋਡਕਟਸ ਜਾਂਦੀਆਂ ਨੇ, ਦੁੱਧ ਜਾਂਦਾ, ਸਪਲਾਈ ਹੁੰਦੀ ਹੈ ਡਿਸਟ੍ਰੀਬਿਊਟਰਸ ਨੂੰ, ਉਹ ਐਡਵਾਂਸ ਪੇਮੈਂਟ ਕਰਦੇ ਨੇ, ਫਿਰ ਅਗਲੇ ਦਿਨ ਉਹਨਾਂ ਨੂੰ ਮਾਲ ਜਾਂਦਾ। ਮਿਲਕ ਪਲਾਂਟ ਮੋਹਾਲੀ ਦੇ ਵਿੱਚ ਕੀ ਹੋਇਆ, ਇੱਥੇ 10-12 ਦਿਨ ਦਾ ਸਪਲਾਈ ਜਿਹੜੀ ਹੈ ਉਹ ਕਹਿੰਦੇ ਜੀ ਕੰਪਿਊਟਰ ਸਾਹਿਬ ਕਦਮ ਗਾਇਬ ਹੋ ਗਿਆ। ਉਹ 12 ਕਰੋੜ ਰੁਪਈਆ ਕਿੱਥੇ ਗਿਆ ਜਿਹਦਾ ਮਾਲ ਸਪਲਾਈ ਕੀਤਾ ਸੀ?
ਉਹਨੂੰ ਲਮਕਾ ਦਿੱਤਾ ਕੋਈ ਜਾਂਚ ਜੂੰਚ ਲਮਕਾ ਕੇ, ਇਹ ਵੀ ਇੱਕ ਤਕਨੀਕ ਹੋ ਗਈ ਇੱਥੇ ਕੰਮ ਕਰਨ ਵਾਲਿਆਂ ਦੀ ਵੀ ਇੰਕੁਆਇਰੀਆਂ ਇੰਨੀਆਂ ਲਮਕਾ ਦਿਓ ਕੋਈ ਨਾ ਕੋਈ ਕੋਰਟ 'ਚ ਚਲਾ ਜਾਏ, ਫਿਰ ਕਹਿ ਦਿੰਦੇ ਜੀ ਮਾਮਲਾ ਕੋਰਟ 'ਚ ਹੈ, ਫਿਰ ਉਹ 20 ਸਾਲ ਕੋਰਟ ਵਿੱਚੋਂ ਨਿਕਲਦਾ ਨਹੀਂ। ਇੱਕ ਨਵਾਂ ਤਰੀਕਾ ਹੋ ਗਿਆ। ਔਰ ਇਸੇ ਤਰ੍ਹਾਂ 83,000 ਟਰੇਆਂ ਗਾਇਬ ਹੋਈਆਂ ਮੋਹਾਲੀ ਮਿਲਕ ਪਲਾਂਟ 'ਚੋਂ, ਉਹਨਾਂ ਦੀ ਕੀਮਤ ਤਾਂ 1,68,00,000 ਰੁਪਈਆ ਲਾ ਦਿੱਤੀ। ਜਿਹੜੀਆਂ ਟਰੇਆਂ ਗਈਆਂ ਉਹ ਭਰੀਆਂ ਹੋਈਆਂ ਗਈਆਂ ਸੀ ਦੁੱਧ ਦੀਆਂ, ਵਾਪਸ ਆਈਆਂ ਨਹੀਂ। ਉਹ ਦੁੱਧ ਦੀ ਕੀਮਤ ਕੋਈ ਗਿਣਦਾ ਹੀ ਨਹੀਂ, 5 ਕਰੋੜ ਦਾ ਦੁੱਧ ਹੈ, ਉਹਦੀ ਕੋਈ ਕੀਮਤ ਨਹੀਂ ਗਿਣਦਾ। 1.5 ਕਰੋੜ ਰੁਪਈਏ ਦਾ ਮਿਲਕ ਪ੍ਰੋਡਕਟਸ ਇੱਥੇ ਦਿੱਲੀ ਚੰਡੀਗੜ੍ਹ ਮਿਲਕ ਪਲਾਂਟ ਦਾ ਉਹ ਗਾਇਬ ਹੈ, ਕੋਈ ਪੁੱਛਣ ਵਾਲਾ ਨਹੀਂ। ਇਵੇਂ ਜਿਵੇਂ ਲੁਧਿਆਣੇ 'ਚ 74,00,000 ਰੁਪਈਏ ਦਾ ਵਾਈਟ ਮਿਲਕ ਕਰੀਮ ਜਿਹੜੀ ਹੈ ਉਹ ਗਾਇਬ ਹੈ। ਇੰਨਾ ਕਹਿ ਕੇ ਸਾਰਤਾ ਬਾਈ ਜੀ ਇਹ ਗਾਂਹ ਤੋਂ ਮੁੰਡਿਆਂ ਨੂੰ ਸਮਝਾ ਦਾਂਗੇ, ਖਿਆਲ ਰੱਖਣਗੇ, ਦਰਜ ਕਰਿਆ ਕਰਨਗੇ। 2 ਦਿਨ ਦੀ ਰੀਡਿੰਗ ਹੀ ਨਹੀਂ ਦਰਜ ਕੀਤੀ ਅਤੇ ਉਹਨੂੰ ਮੋਹਾਲੀ ਦੇ ਮਿਲਕ ਪਲਾਂਟ 'ਚ ਲਾ ਦਿੱਤਾ ਉੱਥੋਂ ਬਦਲ ਕੇ, ਜੇ ਜਿਹਨੇ ਵੇਚਿਆ। ਅਤੇ ਲੁਧਿਆਣੇ ਦੇ ਮਿਲਕ ਪਲਾਂਟ ਦੇ GM ਸਾਹਿਬ ਆਪਣਾ ਹੀ ਹੁਕਮ ਜਾਰੀ ਕਰਕੇ, ਜਿਹੜਾ ਪਿੰਡਾਂ 'ਚ ਦੁੱਧ ਕਲੈਕਟ ਹੁੰਦਾ ਜਿਹੜੇ ਬਟੈਰੋਮੀਟਰ ਨੇ ਉਹਦੇ 'ਤੇ ਪਿਛਲੀ ਵਾਰੀ ਤੁਹਾਨੂੰ ਦਿਖਾਏ ਸੀ, ਉਹ ਕਹਿੰਦੇ ਜੀ 1 ਤੋਂ 1.5 ਪੁਆਇੰਟ ਘੱਟ ਹਿਸਾਬ 'ਚ ਲੈਣਾ ਹੈ। ਜੇ 1 ਪੁਆਇੰਟ ਘੱਟ ਹੋ ਜਾਵੇ ਇਹਦਾ ਮਤਲਬ 38 ਰੁਪਏ ਰੇਟ ਹੈ, 3.80 ਰੁਪਏ ਪਰ ਲੀਟਰ ਕਿਸਾਨ ਦੇ ਉੱਠ ਗਏ। ਲੱਖਾਂ ਲੀਟਰ ਰੋਜ਼ ਦਾ ਦੁੱਧ ਇਕੱਠਾ ਹੁੰਦਾ ਮਿਲਕ ਪਲਾਂਟ ਮੋਹਾਲੀ 'ਚ, ਮਿਲਕ ਪਲਾਂਟ ਲੁਧਿਆਣੇ 'ਚ, ਉਹ ਸਾਰਾ ਕਿੱਥੇ ਗਿਆ? ਤੋ ਉੱਥੇ ਇੱਕ ਕੋਲਡ ਸਟੋਰ ਬਣ ਰਿਹਾ। ਕੋਲਡ ਸਟੋਰ ਵਾਲੇ ਨੂੰ ਜਿਹੜੇ ਟੈਂਡਰ ਦੀਆਂ ਟਰਮਸ ਐਂਡ ਕੰਡੀਸ਼ਨਸ ਵੀ ਵਾਇਲੇਟ ਕਰਤੀਆਂ, ਪਾਸ ਕਰਤਾ ਵੀ ਇਹਨੂੰ 2 ਕਰੋੜ ਰੁਪਈਆ ਐਡਵਾਂਸ ਦੇ ਦਿਓ। ਕੁਛ ਉਹਦਾ ਹਾਲੇ ਉੱਥੇ ਸਮਾਨ ਨਹੀਂ ਆਇਆ, ਕੁਛ ਹੋਇਆ ਨਹੀਂ। 1.2 ਕਰੋੜ ਰੁਪਈਆ ਉਹਨੂੰ ਪੇਮੈਂਟ ਵੀ ਕਰਤੀ, ਕੋਈ ਇੰਕੁਆਇਰੀ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਔਰ ਸਾਰਾ ਕੁਛ ਮਿਲ ਮਿਲਾ ਕੇ ਡਿਸਟ੍ਰੀਬਿਊਟਰਾਂ ਨਾਲ ਮੈਂ ਜ਼ਿਕਰ ਕੀਤਾ, ਇਕੱਲੇ ਇਕੱਲੇ ਮਿਲਕ ਪਲਾਂਟ ਵਿੱਚ ਕਿੰਨੇ ਘਪਲੇ ਹੋਏ ਆ। ਹੁਸ਼ਿਆਰਪੁਰ 'ਚ 4 ਕਰੋੜ ਦਾ ਹੈ, ਜਲੰਧਰ 'ਚ 30,00,000 ਰੁਪਈਏ ਦੀਆਂ ਜਿਹੜੀਆਂ ਮਿਲਕ ਪ੍ਰੋਡਕਟਸ ਉਹ ਗਾਇਬ ਨੇ। ਗੁਰਦਾਸਪੁਰ 'ਚ ਕਿੰਨੀ? 29,00,000 ਗੁਰਦਾਸਪੁਰ 'ਚ ਗਾਇਬ ਹੈ। ਇੱਕ ਹੋਰ ਇੰਟਰਸਟਿੰਗ ਗੱਲ ਤੁਸੀਂ ਦੇਖੋ, ਸਾਡੇ 5 ਮਿਲਕ ਪਲਾਂਟਾਂ ਦੇ ਵਿੱਚ ਪੰਜੀਰੀ ਪਲਾਂਟ ਲੱਗੇ ਹੋਏ ਸੀ, ਉਹ 10 ਸਾਲ ਕੰਮ ਕਰਦੇ ਰਹੇ। ਉਹਦੀ 20 ਟਨ ਰੋਜ਼ ਦੀ ਕਪੈਸਿਟੀ ਸੀ ਪੰਜੀਰੀ ਬਣਾਉਣ ਦੀ, ਔਰ ਸਫਲਤਾ ਨਾਲ ਕੰਮ ਕਰਦੇ ਰਹੇ, ਪ੍ਰੋਫਿਟ ਜਾਂਦੇ ਸੀ। ਆਲ ਆਫ ਏ ਸਡਨ ਉਹ ਪਲਾਂਟ ਬੰਦ ਕਰਤੇ। ਮੋਹਾਲੀ ਮਿਲਕ ਪਲਾਂਟ ਵਿੱਚ 2010 ਵਿੱਚ ਮਿਠਾਈਆਂ ਬਣਨੀਆਂ ਸ਼ੁਰੂ ਹੋਈਆਂ, ਡਿਮਾਂਡ ਇੰਨੀ ਸੀ ਸਾਡੇ ਕੋਲੋਂ ਸਪਲਾਈ ਨਹੀਂ ਸੀ ਹੁੰਦੀ। 8 ਕਰੋੜ ਰੁਪਏ ਦੀ ਮਿਠਾਈ ਮੋਹਾਲੀ ਮਿਲਕ ਪਲਾਂਟ ਦੀ ਸਾਲ ਦੀ ਜਾਂਦੀ ਸੀ, ਜਿਹਦੇ 2-2.5 ਕਰੋੜ ਰੁਪਇਆ ਪ੍ਰੋਫਿਟ ਹੁੰਦਾ ਸੀ। ਬਿਨਾਂ ਵਜ੍ਹਾ ਹੀ ਉੱਥੇ ਮਿਲਕ ਪਲਾਂਟ ਮਿਠਾਈ ਬਣਨੋਂ ਸਾਰਾ ਇਨਫਰਾਸਟਰਕਚਰ ਸਾਰਾ ਬਣ ਗਿਆ, ਬੰਦ ਕਰਤੀ। ਉਹ 2.5 ਕਰੋੜ ਰੁਪਈਆ ਜਿਹੜਾ ਪ੍ਰੋਫਿਟ ਮਿਲਕ ਪਲਾਂਟ ਨੂੰ ਹੁੰਦਾ ਸੀ, ਹੁਣ ਕਿਸੇ ਹੋਰ ਅਫਸਰਾਂ ਦੇ ਕਿਸੇ ਲੀਡਰਾਂ ਦੇ ਜੇਬਾਂ ਚਲਾ ਗਿਆ। ਪੰਜੀਰੀ ਦੇ ਪਲਾਂਟ ਸਾਡੇ ਤਾਂ ਬੰਦ ਕਰਤੇ। ਹੁਣ ਆਂਗਨਵਾੜੀ ਸੈਂਟਰਾਂ ਵਾਸਤੇ ਇਸ ਸਰਕਾਰ ਨੇ 240 ਕਰੋੜ ਰੁਪਈਏ ਦੀ ਪੰਜੀਰੀ ਆਂਗਨਵਾੜੀ ਸੈਂਟਰਾਂ ਨੂੰ, ਗਰਭਵਤੀ ਬੀਬੀਆਂ ਨੂੰ ਦੇਣ ਵਾਸਤੇ ਮਾਰਕਫੈਡ ਨੂੰ ਆਰਡਰ ਦੇ ਦਿੱਤਾ, ਜਿਹਦੇ ਕੋਲ ਕੋਈ ਪੰਜੀਰੀ ਬਣਾਉਣ ਦਾ ਸਿਸਟਮ ਹੀ ਨਹੀਂ, ਕੋਈ ਇਨਫਰਾਸਟਰਕਚਰ ਹੀ ਨਹੀਂ।
ਮਾਰਕਫੈੱਡ ਨੇ ਇੱਕ ਪ੍ਰਾਈਵੇਟ ਪਾਰਟੀ ਨੂੰ ਆਰਡਰ ਦਿੱਤਾ 240 ਕਰੋੜ ਦੀ, ਜਿਹਦੇ ਚੋਂ 40 ਕਰੋੜ 35-40 ਕਰੋੜ ਰੁਪਇਆ ਪ੍ਰੋਫਿਟ ਹੋਣਾ ਸੀ। ਜਿਹੜੇ ਸਾਡੇ ਮਿਲਕ ਪਲਾਂਟਾਂ ਵਿੱਚ 5 ਪੰਜੀਰੀ ਪਲਾਂਟ ਲੱਗੇ ਨੇ, ਉਹ ਤਾਂ ਖੜੇ ਨੇ। ਮਾਰਕਫੈੱਡ ਨੂੰ ਆਰਡਰ ਦਿੱਤਾ, ਉਹਨੇ ਪ੍ਰਾਈਵੇਟ ਪਾਰਟੀ ਨੂੰ ਦਿੱਤਾ। ਔਰ ਇੱਕ ਕਮਾਲ ਦੀ ਗੱਲ ਇਹ ਹੈ ਭਾਈ, ਜਿਹੜੀ ਪ੍ਰਾਈਵੇਟ ਪਾਰਟੀ ਪੰਜੀਰੀ ਬਣਾਉਂਦੀ ਆ, ਉਹ ਬਣਾਉਂਦੀ ਹੈ ਰਿਫਾਇੰਡ ਆਇਲ ਤੋਂ। ਸਾਡੇ ਮਿਲਕ ਪਲਾਂਟ ਅੱਜ ਬਣਦਾ ਸੀ ਦੇਸੀ ਘੀ ਤੋਂ, ਔਰ ਦੇਸੀ ਘੀ ਵੀ ਮਿਲਕ ਪਲਾਂਟ ਵੇਰਕਾ ਹਿੰਦੁਸਤਾਨ 'ਚ ਨੰਬਰ 1 ਹੈ। ਸਾਡੀ ਅੱਜ ਪ੍ਰੋਬਲਮ ਇਹ ਹੋ ਰਹੀ ਹੈ ਵੀ ਸਾਡੇ ਮਿਲਕਫੈੱਡ ਦੇ ਕੋਲ ਜਿਹੜਾ ਘੀ ਆ ਉਹ ਵੇਚਣ ਦੀ ਪ੍ਰੋਬਲਮ ਹੈ। ਜੇ ਪੰਜੀਰੀ ਬਣਦੀ ਹੁੰਦੀ ਸਾਡਾ 800 ਟਨ ਘੀ ਦਾ ਲੱਗ ਜਾਣਾ ਸੀ, 800 ਟਨ ਘੀ ਉਹਦੇ ਵਿੱਚ ਲੱਗ ਜਾਣਾ ਸੀ। ਸਾਡੀ ਘੀ ਦੀ ਪ੍ਰੋਬਲਮ ਹੈ ਕੋਈ ਨਹੀਂ ਸੀ। 7000 ਟਨ ਦਾ ਆਰਡਰ ਸੀਗਾ, 7000 ਟਨ ਪੰਜੀਰੀ ਦਾ ਆਰਡਰ ਹੈ, ਜਿਹਦੇ ਚੋਂ 800 ਟਨ ਘੀ ਲੱਗਣਾ ਸੀ ਰਿਫਾਇੰਡ ਆਇਲ ਦੀ ਬਜਾਏ। ਇੱਕ ਤਾਂ ਉਹਦੀ ਕੁਆਲਿਟੀ ਅੱਛੀ ਹੋਣੀ ਸੀ, ਪਰ ਸਰਕਾਰ ਨੇ ਉਹਨੂੰ ਬੰਦ ਕਰਕੇ ਮਾਰਕਫੈੱਡ ਨੂੰ ਆਰਡਰ ਦਿੱਤਾ, ਮਾਰਕਫੈੱਡ ਨੇ ਪ੍ਰਾਈਵੇਟ ਪਾਰਟੀ ਨੂੰ ਆਰਡਰ ਦਿੱਤਾ, ਉੱਥੋਂ ਸਪਲਾਈ ਘਟੀਆ ਕੁਆਲਿਟੀ ਦੀ ਜਿਹੜੀ ਪੰਜੀਰੀ ਆ ਉਹ ਸਪਲਾਈ ਹੋ ਰਹੀ ਹੈ। ਇਸ ਤਰ੍ਹਾਂ ਸਾਰਾ ਪੱਠਾ ਪਿਛਾ। ਮੈਂ ਇੱਕ ਹੋਰ ਜ਼ਿਕਰ ਕਰਾਂ, ਅਸੀਂ ਰਜਿਸਟਰਾਰ ਨੂੰ ਪੁੱਛਿਆ ਵੀ ਸਾਡੇ ਕੋਆਪਰੇਟਿਵ ਸ਼ੂਗਰ ਮਿੱਲਾਂ ਦੇ ਵਿੱਚ ਵੀ ਕੋ ਜਨਰੇਸ਼ਨ ਪਲਾਂਟ ਲੱਗੇ ਨੇ, ਪ੍ਰਾਈਵੇਟ ਦੇ ਵੀ ਲੱਗੇ ਨੇ, ਪ੍ਰਾਈਵੇਟ ਦੇ ਕਿਉਂ ਚੱਲਦੇ ਨੇ, ਸਾਡੇ ਉੱਥੋਂ ਵਧੀਆ ਮਸ਼ੀਨਰੀ ਕਿਉਂ ਨਹੀਂ ਚੱਲਦੀ? ਹਜ਼ਾਰਾਂ ਨੌਜਵਾਨਾਂ ਨੂੰ ਉਹਦੇ ਨਾਲ ਰੁਜ਼ਗਾਰ ਮਿਲਣੇ ਸੀ। ਸਾਡੇ ਜਿਹੜੇ ਕੋਆਪਰੇਟਿਵ ਸ਼ੂਗਰ ਮਿੱਲਾਂ ਦੇ ਨੇ ਉਹ ਬੰਦ ਪਏ ਨੇ, ਕੋ ਜਨਰੇਸ਼ਨ ਪਲਾਂਟ ਪ੍ਰਾਈਵੇਟ ਵਾਲਿਆਂ ਦੇ ਚੱਲਦੇ ਨੇ। ਖੇਡ ਇਹ ਚੱਲ ਰਹੀ ਹੈ, ਇੱਕ ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਤਜਰਬਾ ਹੋ ਰਿਹਾ ਸ਼ਾਹਬਾਦ ਅਤੇ ਪਾਣੀਪਤ, ਦੋ ਚੰਗੀਆਂ ਸ਼ੂਗਰ ਮਿੱਲਾਂ ਹਰਿਆਣੇ ਦੇ ਵਿੱਚ ਤਜਰਬਾ ਹੋ ਰਿਹਾ, ਉਹ ਪ੍ਰਾਈਵੇਟ ਲੀਜ਼ 'ਤੇ ਦੇ ਰਹੇ ਨੇ। ਪੰਜਾਬ ਵਿੱਚ ਵੀ ਉਹਨੂੰ ਦੇਖ ਰਹੇ ਨੇ ਵੀ ਉਹਦੇ ਰਿਜ਼ਲਟਸ ਕੀ ਆਉਂਦੇ ਨੇ। ਪੰਜਾਬ ਦੀਆਂ ਸ਼ੂਗਰ ਮਿੱਲਾਂ ਵੀ ਇਸੇ ਤਰ੍ਹਾਂ ਪ੍ਰਾਈਵੇਟ ਨੂੰ ਲੀਜ਼ 'ਤੇ ਦੇਣ ਦੀ ਤਿਆਰੀ ਹੋ ਰਹੀ ਹੈ। ਮਿਲਕਫੈੱਡ ਦਾ ਭੋਗ ਪਾ ਕੇ ਇਨਕਰੇਜ ਕੀਤਾ ਜਾ ਰਿਹਾ ਹੈ ਵੀ ਇੱਥੇ ਅਮਲ ਆ ਕੇ ਉਹ ਆਪਣੇ ਪੈਰ ਜਮਾ ਲਏ। ਅਮਲ ਅੱਗੇ ਵੱਧ ਰਿਹਾ, ਪਿਛਲੀ ਵਾਰੀ ਜ਼ਿਕਰ ਕੀਤਾ ਸੀ ਜਿਹੜੀ ਸਾਡੀ ਸਿਟੀ ਸਪਲਾਈ ਹੈ ਉਹ ਪ੍ਰਭਾਵਿਤ ਹੋਣ ਲੱਗ ਗਈ। ਅਮਲ ਦਾ ਸਾਡੇ ਪੰਜਾਬ ਦੇ ਦੁੱਧ ਨਾਲ ਗੁਜਰਾਤ ਦੇ ਦੁੱਧ ਦੀ ਕੋਈ ਕੁਆਲਿਟੀ ਮੈਚ ਨਹੀਂ ਕਰਦੀ। ਉਹਨੇ ਹੁਣ ਇੱਥੇ ਸੁਸਾਇਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ, ਅੱਜ ਉਹ ਸਾਨੂੰ 2 ਰੁਪਏ ਵੱਧ ਦਿੰਦਾ। ਜਿੱਦਣ ਯੂਪੀ ਵਾਂਗ ਯੂਪੀ ਸਾਰੇ ਪਲਾਂਟ ਲੈ ਗਿਆ, ਉਹ ਜਿੱਦਣ ਪੰਜਾਬ ਦੇ ਵੀ ਸਾਰੇ ਪਲਾਂਟ ਉਹ ਲੈ ਗਿਆ, ਫਿਰ ਉਹਦਾ ਕੋਈ ਕੰਪੀਟੀਟਰ ਨਹੀਂ ਹੋਣਾ। ਉਹਦਾ ਰਿਕਾਰਡ ਹੈ ਸਾਡੇ ਨਾਲ ਕਿਤੇ ਘੱਟ ਹਮੇਸ਼ਾ ਰੇਟ ਦਿੰਦਾ ਰਿਹਾ। ਔਰ ਬਾਕੀ ਇੱਕ ਇਹ ਵੀ ਇੰਟਰਸਟਿੰਗ ਗੱਲ ਹੈ ਵੀ ਸਾਰੀਆਂ ਸਟੇਟਾਂ ਦੀਆਂ ਸਰਕਾਰਾਂ ਇਹਨਾਂ ਦਿਨਾਂ ਵਿੱਚ ਜਦੋਂ ਦੁੱਧ ਦੀ ਕਮੀ ਹੁੰਦੀ ਹੈ, ਚਾਰ ਪੰਜ ਰੁਪਏ ਲੀਟਰ ਕਿਸਾਨਾਂ ਨੂੰ ਦੁੱਧ ਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਇਨਕਰੇਜ ਕਰਨ ਲਈ ਸਰਕਾਰਾਂ ਆਪਣੇ ਖਜ਼ਾਨੇ 'ਚੋਂ ਦਿੰਦੀਆਂ, ਸਾਡੀ ਸਰਕਾਰ ਨੇ ਕਦੇ ਵੀ ਨਹੀਂ ਦਿੱਤਾ, ਕਦੇ ਤੇ ਲੱਭ ਨਹੀਂ ਦਿੱਤਾ। ਔਰ ਹੁਣ ਤੱਕ ਹੁਣ ਜਿਹੜਾ ਗਰਮੀ 'ਚ ਰੇਟ ਵਧਣਾ ਚਾਹੀਦਾ, ਦੁੱਧ ਦਾ ਰੇਟ ਹਾਲੇ ਤੱਕ ਨਹੀਂ ਗਰਮੀ ਦਾ ਪੰਜਾਬ ਵਿੱਚ ਤੈਅ ਹੋਇਆ। ਇਸ ਤਰ੍ਹਾਂ ਲੱਗਦਾ ਜਿਵੇਂ ਸਾਰੇ ਜਿਹੜੇ ਕੋਆਪਰੇਟਿਵ ਅਦਾਰੇ ਨੇ ਨਖਸਮੇ ਹੋ ਗਏ। ਅਸੀਂ ਪੁੱਛਿਆ ਰਜਿਸਟਰਾਰ ਨੂੰ ਬਈ ਤੁਸੀਂ ਕਿਤੇ ਚੱਲੇ ਜਾਓ, ਸੁਸਾਇਟੀ 'ਚ ਹੱਥ ਪਾ ਲਓ ਉੱਥੇ ਘਪਲਾ, ਬੈਂਕ 'ਚ ਹੱਥ ਪਾ ਲਓ ਉੱਥੇ ਘਪਲਾ, ਤੁਸੀਂ ਮੋਨੀਟਰਿੰਗ ਕੀ ਕਰਦੇ ਹੋ, ਤੁਹਾਡਾ ਇੱਥੇ ਕੰਮ ਕੀ ਹੈ? ਇੰਨੇ IAS ਅਫਸਰ ਇੱਥੇ ਭਰਤੀ ਕੀਤੇ ਨੇ ਜਿਹੜੇ ਕੋਆਪਰੇਟਿਵ 'ਚ ਲੱਗੇ। ਔਰ ਸਭ ਤੋਂ ਇੰਟਰਸਟਿੰਗ ਪਹਿਲੂ ਇਹ ਵੀ ਹੈ ਵੀ ਸਾਡਾ ਪੰਜਾਬ ਦਾ ਚੀਫ ਮਿਨਿਸਟਰ, ਉਹਦੇ ਕੋਲ ਮਹਿਕਮਾ ਹੈ, 2.5 ਸਾਲ 'ਚ ਇੱਕ ਵੀ ਮੀਟਿੰਗ ਨਹੀਂ।
ਇੱਕ ਮੀਟਿੰਗ ਵੀ ਨਹੀਂ ਏਡੇ ਵੱਡੇ ਮਹਿਕਮੇ ਦੀ ਜਿਹਨੂੰ 6-7 IAS ਅਫਸਰ ਚਲਾਉਂਦੇ ਨੇ, ਵੀ ਉਹਨਾਂ ਨੂੰ ਪੁੱਛ ਲਓ ਵੀ ਕਿੱਥੇ ਖੜਾ ਕਿਵੇਂ ਚੱਲਦਾ। ਉਹ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਇਆ, ਅਸੀਂ ਉਹਨੂੰ ਕਹੇ ਹਾਂ ਰਜਿਸਟਰਾਰ ਨੂੰ ਬਈ ਅਸੀਂ ਇੱਕ ਮਹੀਨਾ ਤੁਹਾਡੀ ਕਾਰਗੁਜ਼ਾਰੀ ਦੇਖਣੀ ਹੈ, ਜੇ ਤੁਸੀਂ ਵਿਜੀਬਲੀ ਲੋਕਾਂ ਨੂੰ ਨਾ ਦੱਸਿਆ ਵੀ ਕੋਈ ਕਾਰਵਾਈ ਕੀਤੀ ਹੈ, ਅਸੀਂ ਇੱਕ ਮਹੀਨੇ ਦੇ ਬਾਅਦ ਇਹ 'ਤੇ ਅੰਦੋਲਨ ਸ਼ੁਰੂ ਕਰ ਦੇਣਾ। ਫਿਰ ਨਾ ਕਿਉਂ ਕੱਲ੍ਹ ਉਹਨੂੰ ਕਹਿ ਕੇ ਆਏ ਹਾਂ, ਸਾਰੀ ਉਹਦੀ ਟੀਮ, ਸਾਰੇ ਐਡੀਸ਼ਨਲ ਰਜਿਸਟਰਾਰ ਸਾਰੇ ਬੈਠੇ ਸੀ 2 ਘੰਟੇ ਦੀ ਮੀਟਿੰਗ ਦੇ ਬਾਅਦ। ਔਰ ਅਫਸੋਸ ਇਹ ਹੋਇਆ ਬਈ ਜਾਂ ਤਾਂ ਉਹ ਝੂਠ ਬੋਲਦਾ ਸੀ ਜਾਂ ਸੱਚੀ ਮੁੱਚੀ ਉਹਨੂੰ ਨਹੀਂ ਸੀ ਕੁਛ ਕੱਖ ਪਤਾ ਵੀ ਮੇਰੇ ਹੇਠਾਂ ਕੀ ਹੋ ਰਿਹਾ। ਹਰ ਮਹਿਕਮੇ 'ਚ ਗੰਦ ਪਿਆ ਸੀ। ਸਾਡੀ ਇੱਕ ਲੋਕਾਂ ਨੂੰ ਅਪੀਲ ਹੈ, ਪੰਜਾਬ ਦੇ ਲੋਕਾਂ ਦੀ ਇਹ ਲਾਈਫ ਲਾਈਨ ਹੈ, ਆਪੋ ਆਪਣੇ ਅਦਾਰੇ 'ਤੇ ਧਿਆਨ ਦੇਣਾ ਸ਼ੁਰੂ ਕਰੋ, ਬਾਹਰ ਨਿਕਲੋ। ਹੁਣ ਜਿਹੜੇ ਸੁਸਾਇਟੀਆਂ ਦੇ ਸੈਕਟਰੀ ਨੇ ਜਾਂ ਫਿਰ ਉਹਨਾਂ 'ਤੇ ਲੱਗੇ ਇੰਸਪੈਕਟਰ ਨੇ, ਉਹਨਾਂ ਨੇ ਤੁਹਾਨੂੰ ਨਹੀਂ ਬਚਾਉਣਾ, ਤੁਹਾਡੇ ਅਦਾਰੇ ਨੇ। ਜੇ ਬਾਹਰ ਨਿਕਲੋਗੇ ਤਾਂ ਇਹ ਬਚ ਜਾਣਗੇ, ਨਹੀਂ ਹਿੱਸੇਦਾਰਾਂ ਨੂੰ ਕੋਈ। ਦੇਖੋ ਇੱਕ ਕਾਨੂੰਨ ਹੈ, ਜੇ ਤੁਸੀਂ ਕੋਆਪਰੇਟਿਵ ਅਦਾਰਾ ਬੰਦ ਕਰਦੇ ਹੋ ਤਾਂ ਜਿਹੜੇ ਉਹਦੇ ਕੋਆਪਰੇਟਿਵ ਦੇ ਸ਼ੇਅਰ ਹੋਲਡਰਸ ਨੇ ਉਹਨਾਂ ਦੀ ਜਨਰਲ ਬੋਡੀ ਮੀਟਿੰਗ ਬੁਲਾ ਕੇ ਤਾਂ ਤੁਸੀਂ ਜਗਰਾਉਂ ਬੰਦ ਕੀਤਾ, ਤੁਸੀਂ ਤਰਨ ਤਾਰਨ ਦਾ ਬੰਦ ਕੀਤਾ, 5 ਬੁੱਢਾ ਲਾਡਾ 5 ਸ਼ੂਗਰ ਮਿੱਲਾਂ ਦੇ ਬੰਦ ਕੀਤੇ, ਕੋਈ ਜਨਰਲ ਬੋਡੀ ਮੀਟਿੰਗ ਹੋਈ? ਜਿਹੜੇ ਸ਼ੇਅਰ ਹੋਲਡਰਸ ਨੇ ਉਹਨਾਂ ਨੂੰ ਪੁੱਛਿਆ? ਸਰਕਾਰ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਇੱਦਾਂ ਆਪਣੇ ਆਪ ਬੰਦ ਕਰਨ ਦਾ ਫੈਸਲਾ ਲੈਣ ਦਾ। ਐਕਟ ਦੇ ਮੁਤਾਬਕ ਜਿਹੜੇ ਸ਼ੇਅਰ ਹੋਲਡਰਸ ਨੇ ਉਹ ਫੈਸਲਾ ਕਰਨਗੇ। ਜਿਹੜੀਆਂ 5-6 ਮਿੱਲਾਂ ਬੰਦ ਕਰਤੀਆਂ, ਕਿਸੇ ਦੀ ਜਨਰਲ ਬੋਡੀ ਨਹੀਂ, ਕਿਸੇ ਦੇ ਸ਼ੇਅਰ ਹੋਲਡਰਸ ਨੂੰ ਪੁੱਛਿਆ ਤੱਕ ਨਹੀਂ ਗਿਆ, ਸਰਕਾਰ ਨੇ ਆਪਣੇ ਤੌਰ 'ਤੇ ਬੰਦ ਕਰਤੀਆਂ। ਤਾਂ ਸਾਰਾ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਹੈ ਇਹ ਤਾਂ ਕਰਪਟ ਡਿਪਾਰਟਮੈਂਟ ਹੋ ਗਿਆ। ਅੱਜ ਇਹਦੇ 'ਤੇ ਤੁਹਾਨੂੰ ਕਸ਼ ਦਿੱਤਾ ਹੈ। ਹਾਂਜੀ, ਨਹੀਂ ਉਹ ਹਾਲੇ ਤਜਰਬਾ ਕਰ ਰਹੇ ਨੇ, ਦੇਖ ਰਹੇ ਨੇ ਹਰਿਆਣੇ 'ਚ ਉਹਦਾ ਕੀ ਰਿਜ਼ਲਟ ਆਉਂਦਾ, ਜਿਵੇਂ ਪਿੱਛਾ ਛੱਡਣਾ ਹੁੰਦਾ ਇੱਦਾਂ ਇਹ ਵੀ ਕਰਨ ਲੱਗੇ ਹੋਏ ਨੇ। 5-6 ਮਿੱਲਾਂ ਸਾਡੀਆਂ ਚੱਲ ਰਹੀਆਂ ਨੇ, ਉਹਨਾਂ ਨੂੰ ਲੀਜ਼ 'ਤੇ ਦੇਣ ਦਾ 6 ਮਿੱਲਾਂ ਤਾਂ ਬੰਦ ਹੀ ਹੋ ਗਈਆਂ ਨੇ ਜੀ। 6 ਤਾਂ ਬੰਦ ਹੀ, 6 ਮਿੱਲਾਂ ਤਾਂ ਪੱਟੀ ਦਿੱਤੀਆਂ ਨੇ ਜੀ, 6 ਮਿੱਲਾਂ ਤਾਂ ਖਤਮ ਹੀ ਹੋ ਗਈਆਂ। ਤਾਂ ਜਿਹੜੀਆਂ ਬਾਕੀ ਆ, ਫਾਜ਼ਿਲਕਾ ਇੱਕ ਹੈਗੀ ਆ, ਉਹ ਵੀ 8-9 ਲੱਖ ਗੰਨਾ ਕ੍ਰਸ਼ ਕਰਦੀ ਹੈ। ਜਿਹੜੀਆਂ ਬਾਕੀ ਆ, ਜਿਹੜੇ ਕੋ ਜਨਰੇਸ਼ਨ ਪਲਾਂਟ ਲੱਗੇ ਆ, ਉਹ ਕੋ ਜਨਰੇਸ਼ਨ ਕੋਈ ਨਹੀਂ ਚੱਲਦਾ, ਬੰਦ ਪਏ। ਪ੍ਰਾਈਵੇਟ ਦੇ ਸਾਰੇ ਚੱਲਦੇ ਆ, 9-10 ਵਿੱਚ ਕੈਪਟਨ ਕੰਮ ਜੀ ਸੀ ਉਹਨਾਂ ਲਾਏ ਸੀ। ਤਾਂ ਜੇ ਬਾਕੀਆਂ ਦੀ ਵੀ ਫਾਈਨੈਂਸ਼ੀਅਲੀ ਹਾਲਤ ਨਹੀਂ, ਸਭ ਤੋਂ ਵੱਡੀ ਗੱਲ ਹੈ, ਕਿਸੇ ਵੀ ਸ਼ੂਗਰ ਇੰਡਸਟਰੀ, ਕਿਸੇ ਵੀ ਮਿਲਕ ਪਲਾਂਟ ਦੇ ਵਿੱਚ ਕੋਈ ਭਰਤੀ ਨਹੀਂ। ਜਿੱਦਾਂ ਇਹਨਾਂ ਨੇ ਪਲਾਂਟ ਹੀ ਬੰਦ ਕਰਨੇ ਹੋਣੇ, ਤੁਸੀਂ ਕਿਤੇ ਪਤਾ ਕਰ ਲਓ ਵੀ ਕੋਈ ਟੈਕਨੀਕਲ ਸਟਾਫ ਨਹੀਂ ਹੈ ਇਹਨਾਂ ਕੋਲ, ਜਨਰਲ ਰੇਜ਼ਰ ਲਾਉਣ ਨੂੰ ਨਹੀਂ। ਈਵਨ ਸਿਕਿਉਰਿਟੀ, ਜਿਹੜਾ ਸਭ ਤੋਂ ਅਹਿਮ ਰੋਲ ਹੈ, ਸਿਕਿਉਰਿਟੀ ਵੀ ਸਾਰੀ ਪ੍ਰਾਈਵੇਟ ਹੈ। ਆ 83,000 ਟਰੇ ਜਿਹੜੀ ਬਾਹਰ ਗਈ ਹੈ, ਕੋਈ ਜ਼ਿੰਮੇਵਾਰ ਬੰਦਾ ਹੋਵੇ, ਜੇ ਸਰਕਾਰੀ ਬੰਦਾ ਹੋਵੇ, ਫਿਰ ਐਡੀਸ਼ਨ ਰਜਿਸਟਰਾਂ ਨੇ ਇਨਕੁਆਇਰੀ ਕਰੀ ਆ। ਕੱਲ੍ਹ ਉਹ ਮੰਨੇ ਆ, ਕਹਿੰਦੇ ਮੈਂ ਦੁੱਧ ਵਾਲਾ ਵੀ ਵਿੱਚ ਲਿਖ ਕੇ ਆਇਆ ਵੀ ਜਿਹੜਾ ਦੁੱਧ ਹੈ ਉਹ ਦੁੱਧ ਕਿੱਥੇ ਗਿਆ। ਸੋ ਇਹ ਹੈ ਜੀ ਉਹਦਾ। ਉਹਨਾਂ ਨੂੰ ਦਿੱਤਾ ਸੀ ਜਿਹੜੀ ਫਲੈਗਿਸ ਕੰਪਨੀਆਂ ਸੀਗੀਆਂ,
ਤੇ ਬਲੈਕ ਲਿਸਟ ਨਹੀਂ ਸਾਨੂੰ ਪਤਾ ਵੀ ਹੋਈ ਕਿ ਨਹੀਂ ਬਲੈਕ ਲਿਸਟ ਨਹੀਂ ਪ੍ਰਾਈਵੇਟ ਪਾਰਟੀ ਨੂੰ ਆਰਡਰ ਦਿੱਤਾ ਹੈ ਪੰਜੀਰੀ ਬਣਾ ਕੇ ਦੇਣ ਦਾ ਇਹ ਨਹੀਂ ਪਤਾ ਉਹ ਬਲੈਕ ਲਿਸਟ ਉਹਦਾ ਨਹੀਂ ਮੈਂ ਕਹਿੰਦਾ ਸਾਡਾ ਗਿਲਾ ਇਹੀ ਹੈ ਵੀ ਸਾਡੇ ਕੋਲ ਬੜਾ ਵਧੀਆ 5 ਮਿਲਕ ਪਲਾਂਟਾਂ ਦੇ ਵਿੱਚ ਪੰਜੀਰੀ ਪਲਾਂਟ ਲੱਗੇ ਹੋਏ ਸੀ ਜਿਹੜੇ ਸਫਲਤਾ ਨਾਲ ਚੱਲ ਰਹੇ ਸੀ ਜਿਹਦੀ ਕੁਆਲਿਟੀ ਤੇ ਕਦੇ ਸਵਾਲ ਨਹੀਂ ਉੱਠਿਆ ਉਹ ਅਚਾਨਕ ਬੰਦ ਕਿਉਂ ਕੀਤੇ ਗਏ ਜੇ ਬੰਦ ਕੀਤੇ ਨੇ ਤਾਂ ਅੱਜ ਜਦੋਂ ਤੁਸੀਂ ਪੰਜੀਰੀ ਉੱਥੇ ਦੇਣੀ ਹੈ ਤੁਹਾਨੂੰ ਪਤਾ ਮਾਰਕਫੈੱਡ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਤੁਸੀਂ ਮਾਰਕਫੈੱਡ ਨੂੰ ਕਿਉਂ ਕਿਹਾ 240 ਕਰੋੜ ਰੁਪਈਏ ਦੀ ਜਿਹੜੀ 7,000 ਟਨ ਪੰਜੀਰੀ ਬਣਵਾ ਕੇ ਦਿਓ ਉਹ ਪ੍ਰਾਈਵੇਟ ਪਾਰਟੀ ਤੋਂ ਕਿਉਂ ਬਣਵਾਉਣ ਜੇ ਮਾਰਕਫੈੱਡ ਨੇ ਵੀ ਬਣਵਾਉਣੀ ਸੀ ਤਾਂ ਉਹ ਵੀ ਕੋਆਪਰੇਟਿਵ ਅਦਾਰਾ ਸੀ ਉਹ ਕੋਆਪਰੇਟਿਵ ਵਾਲੇ ਨੂੰ ਆਪਣੇ ਭਾਈ ਵਾਲੇ ਨੂੰ ਪੁੱਛਦੇ ਮਿਲਕਫੈੱਡ ਨੂੰ ਤੁਹਾਡੇ ਕੋਲ ਸਿਸਟਮ ਹੈਗਾ ਤੁਸੀਂ ਬਣਾ ਦਿਓ ਜਦੋਂ ਮਾੜੀ ਕੁਆਲਿਟੀ ਦੀ ਚੀਜ਼ ਸਪਲਾਈ ਕਰੋਗੇ ਜੇ ਤੁਸੀਂ ਇੱਦਾਂ ਕਰਕੇ ਦੇਣਾ ਵੀ ਕੋਈ ਖਰਾਬ ਦੇ ਰਹੇ ਹੋ ਬੱਚਿਆਂ ਨੂੰ ਇਹ ਤਾਂ ਹੋਰ ਵੀ ਮੰਦਭਾਗ ਹੈ ਇਹ ਉਹਨਾਂ ਨੂੰ ਤੁਸੀਂ ਚੱਜ ਦੀ ਚੀਜ਼ ਖਵਾਓ ਬੱਚੇ ਨੇ ਉਹਨਾਂ ਨੇ ਫਿਊਚਰ ਹੈ ਸਾਡਾ ਤੁਸੀਂ ਉਹਨਾਂ ਨੂੰ ਇੱਦਾਂ ਜਿਹੜੀ ਮਤਲਬ ਘਿਓ ਦੀ ਬਜਾਏ ਰਿਫਾਈਂਡ ਦੇ ਵਿੱਚ ਬਣਾ ਕੇ ਪੰਜੀਰੀ ਦੇ ਰਹੇ ਹੋ ਤਾਂ ਸਰਕਾਰ ਕਿੱਥੇ ਰਹਿ ਗਈ ਫਿਰ ਉਹ ਜਿਹਨੇ ਮੈਂ ਇੱਕ ਗੱਲ ਕਲੀਅਰ ਕਰਦਾ ਵੇਰਕਾਂ ਨੂੰ ਬਾਹਰ ਕਰਨ ਵਾਸਤੇ ਪੰਜੀਰੀ ਬਣਾਉਣ ਦਾ ਮੈਥਡ ਬਦਲਤਾ ਵੇਰਕਾ ਦੇਸੀ ਘਿਓ ਪਾਉਂਦਾ ਸੀ ਇਹ ਤਾਂ ਤੁਹਾਨੂੰ ਸਾਰੇ ਪਤਾ ਪੰਜੀਰੀ ਦੇ ਵਿੱਚ ਦੇਸੀ ਘਿਓ ਹੈ ਆਟਾ ਹੈ ਜਾਂ ਸ਼ੂਗਰ ਹੈ ਚੀਨੀ ਹੈ ਉਹ ਇਹਨਾਂ ਨੂੰ ਬਾਹਰ ਕਿਉਂਕਿ ਵੇਰਕਾ ਦਾ ਆਪਣਾ ਬ੍ਰਾਂਡ ਸੀਗਾ ਮਾਰਕਫੈੱਡ ਦਾ ਆਪਣਾ ਬ੍ਰਾਂਡ ਹੁਣ ਉਹ ਪੰਜੀਰੀ ਮਾਰਕਫੈੱਡ ਤੋਂ ਬਣਾਉਂਦੇ ਨੇ ਉਹ ਵੇਰਕਾ ਉਹਦੇ 'ਚ ਨਹੀਂ ਜੁਆਇਨ ਕਰ ਸਕਿਆ ਤਾਂ ਇਹਨਾਂ ਨੇ ਉਹਨੇ ਨੈਚੁਰਲੀ ਜਿਹੜੀ ਰਿਫਾਇੰਡ ਵਾਲੀ ਹੈ ਪੰਜੀਰੀ ਉਹ ਘਟੀ ਹੈ ਉਹ ਜਿਹੜੇ ਬੱਚਿਆਂ ਨੂੰ ਜਾਂ ਜਿਹੜੀਆਂ ਸਾਡੀਆਂ ਬਿਲਕੁਲ ਉਹ ਤਾਂ ਹੈ ਹੀ ਨਹੀਂ ਜੋ ਸਾਰੀ ਇਹੀ ਹਾਲ ਹੈ ਜਿਹੜਾ ਕੋਈ ਠੀਕ ਕੰਮ ਕਰੇ ਉਹਨੂੰ ਫਿਰ ਸਸਪੈਂਸ਼ਨ ਆਊਗੀ ਉਹਦੇ ਹਿੱਸੇ ਤੇ ਜਿਹੜੇ ਘਪਲਾ ਕਰਦੇ ਨੇ ਮੈਂ ਜ਼ਿਕਰ ਕੀਤਾ ਪ੍ਰੈਸ ਨੋਟ ਵਿੱਚ ਉਹਨਾਂ ਨੂੰ ਹੋਰ ਚੰਗੀ ਜਗ੍ਹਾ ਲਾ ਦਿੱਤਾ ਜਾਂਦਾ ਫਿਰ ਜਿਹਨੇ ਚੰਡੀਗੜ੍ਹ 1.5 ਕਰੋੜ ਦਾ ਚੰਡੀਗੜ੍ਹ ਪਲਾਂਟ ਵਿੱਚ ਘਪਲਾ ਕੀਤਾ ਉਹਨੂੰ ਮਾਰਕੀਟਿੰਗ ਦਾ ਹੈੱਡ ਲਾ ਤਾ ਇਹਦੇ ਵਿੱਚ ਮਿਲਕਫੈੱਡ 'ਚ ਵੀ ਤੂੰ ਸਾਰਿਆਂ ਨੂੰ ਲੁੱਟ ਇੱਕ ਮਿਲਕ ਪਲਾਂਟ ਨੂੰ ਕਿਉਂ ਲੁੱਟਦਾ ਉਹ ਲੋਕ ਦੀ ਰਿਕਵਰੀ ਲਈ ਕੁਝ ਕਰਦੇ ਆ ਤਾਂ ਕਿਸਾਨ ਜੀ ਉਹਨੂੰ ਧਰਨਾ ਦੇ ਜਿਹੜੀ
ਪੰਜਾਬ ਚ ਸ਼ਿਕਾਇਤ ਹਾਲੇ ਤੇ ਨਹੀਂ ਆਈ, ਬੜੀਆਂ ਵਧੀਆ ਚੱਲਦੀਆਂ ਆਈਆਂ ਨੇ ਬੈਂਕਾਂ, ਏਦਾਂ ਦੀ ਸ਼ਿਕਾਇਤ ਨਹੀਂ। ਘਾਟੇ ਚ ਹੈ, ਘਾਟੇ ਚ ਇਹਦੇ ਕਾਰਨ ਬਹੁਤ ਨੇ, ਕਰਪਸ਼ਨ ਬੇਸ਼ੁਮਾਰ, ਹਵੇ ਹੱਦ ਕਰਪਸ਼ਨ ਹੈ ਘਾਟੇ ਦੇ ਕਾਰਨ। ਇਹੀ ਅਸੀਂ ਉਹਨਾਂ ਨੂੰ ਕਿਹਾ ਵੀ ਇਹਦੀ ਜਾਂਚ ਕਰੋ ਔਰ ਇਹਨਾਂ ਨੂੰ ਜੇ ਇਹ ਫੇਲ ਹੋ ਗਈ ਅਸੀਂ ਤੁਹਾਨੂੰ ਨਹੀਂ ਬਖਸ਼ਣਾ। ਨਹੀਂ ਲੋਨ ਵਾਪਸੀ ਤਾਂ ਅੱਗੇ ਵੀ ਕਰਦੇ ਨੇ, ਐਲ ਵੀ ਯੂ ਦੀ ਡਿਊਟੀ ਹੁੰਦੀ ਹੈ, ਹੁਣ ਕਿਉਂ ਨਹੀਂ ਕਰਦੇ ਜੀ ਰਿਕਵਰ? ਕਿੱਥੇ ਘੇਰਿਆ ਸਾਨੂੰ ਦੱਸੋ, ਅਸੀਂ ਤਾਂ ਰਿਕਵਰੀ ਵਾਸਤੇ ਅਸੀਂ ਕਿਤੇ ਨਹੀਂ ਘੇਰੇ। ਚੰਡੀਗੜ੍ਹ ਹੋਏਗਾ ਜੀ, ਹੈਡਕੁਆਟਰ ਤੇ ਚੰਡੀਗੜ੍ਹ ਕਰਾਂਗੇ ਅੰਦੋਲਨ। ਹਾਂਜੀ ਤੁਸੀਂ ਇੱਕ ਮੈਂ ਤੁਹਾਨੂੰ ਇੱਕ ਮਿਸਾਲ ਦਿਆਂ, ਡੇਰਾ ਬਾਬਾ ਨਾਨਕ ਚ ਕੋਆਪਰੇਟਿਵ ਬੈਂਕ ਪਲੱਸ ਇੱਕ ਦੋ ਸੁਸਾਇਟੀਆਂ ਮਿਲ ਕੇ ਗਵਰਨ ਕੀਤਾ। ਉਹ ਸਾਡੇ ਬੰਦਿਆਂ ਨੇ ਉੱਥੇ ਧਰਨਾ ਮਾਰਿਆ 8 ਮਹੀਨੇ ਧਰਨਾ ਦੇ ਕੇ, ਹੁਣ ਜਾ ਕੇ ਮੁੱਕੀ ਆ ਉਹ ਗੱਲ। ਔਰ ਗਵਰਨ ਜਿਹੜੇ ਕਰਨ ਵਾਲੇ ਨੇ ਉਹਨੂੰ ਸਜ਼ਾ ਹਾਲੇ ਤੇ ਨਹੀਂ ਦਿੱਤੀ, 15 ਕਰੋੜ ਰੁਪਈਏ ਦਾ ਗਵਰਨ ਨਿਕਲਿਆ। ਔਰ ਇਸੇ ਤਰ੍ਹਾਂ ਹਰ ਸੁਸਾਇਟੀ 'ਚ ਅਸੀਂ, ਇਹ ਤਾਂ ਹੁਣ ਸਾਡੇ ਲਈ ਸੰਭਵ ਨਹੀਂ ਵੀ ਪੰਜਾਬ 'ਚ ਹਜ਼ਾਰਾਂ ਸੁਸਾਇਟੀਆਂ ਹਰ ਜਗ੍ਹਾ ਧਰਨਾ ਦੇ ਦੀ, ਸਾਨੂੰ ਇੱਕ ਸੈਂਟਰਲ ਪਲੇਸ ਚੁਣਨੀ ਪਏਗੀ। ਮੁਸ਼ਕਲ ਸਾਡੀ, ਇਹਦੇ ਵਿੱਚ ਵੀ ਲਿਖਿਆ ਸਾਡੀ ਮੁਸ਼ਕਲ ਹੈ ਵੀ ਜਦੋਂ ਤੋਂ ਪੋਲੀਟੀਸ਼ੀਅਨ ਇਹਦੇ 'ਚ ਆ ਗਿਆ ਔਰ ਬਿਊਰੋਕਰੈਟ ਆ ਗਿਆ, ਉਹਨਾਂ ਦੋਨਾਂ ਨੇ ਮੂਵਮੈਂਟ ਜਿਹੜੀ ਸੀ ਕਾਰਪੋਰੇਟ ਦੀ ਮੂਵਮੈਂਟ ਨਹੀਂ ਰਹਿਣ ਦਿੱਤੀ, ਇਹ ਬਿਊਰੋਕਰੈਟ ਮੂਵਮੈਂਟ ਬਣ ਗਈ ਜਾਂ ਪੋਲੀਟੀਸ਼ੀਅਨ ਦੀ ਬਣ ਗਈ। ਅਸੀਂ ਕੱਲ੍ਹ ਇੱਕ ਗੱਲ ਰਜਿਸਟਰ ਨੂੰ ਕਹੀ ਬਈ ਤੁਸੀਂ ਕੀ ਕਰਦੇ ਹੋ, ਜਦੋਂ ਕੋਈ ਲੋਕਾਂ ਦੇ ਸਹੀ ਨੁਮਾਇੰਦੇ ਆਉਣੇ ਹੁੰਦੇ ਹੈ, ਤੁਹਾਡਾ MLA ਕਹਿੰਦਾ ਇਸ ਅਦਾਰੇ ਵਿੱਚ ਤਾਂ ਆਹੀ ਆਉਣਗੇ, ਇੰਸਪੈਕਟਰ ਨੂੰ ਕਹਿੰਦਾ ਇਹਨਾਂ ਦੇ ਬਾਕੀ ਦਿਨ ਦੇ ਕਾਗਜ਼ ਰੱਦ ਕਰ ਦੀ, ਉਹ ਕਾਗਜ਼ ਰੱਦ ਕਰ ਦਿੰਦਾ। ਅੱਧਾ ਪੰਜਾਬ JR ਰਜਿਸਟਰਾਰ ਸੈਕਟਰੀ ਕੋਆਪਰੇਟਿਵ ਫਿਰ ਹਾਈ ਕੋਰਟ 'ਚ ਅਦਾਲਤਾਂ 'ਚ ਘੁੰਮਦਾ ਫਿਰਦਾ, 5 ਸਾਲ ਦਾ ਟਰਮ ਹੁੰਦਾ, 5 ਸਾਲ ਉਹ ਮੁਕੱਦਮੇਬਾਜ਼ੀ ਹੀ ਨਹੀਂ ਮੁੱਕਦੀ। ਮੁੜ ਕੇ ਉਹ ਜਿਹੜਾ ਭਲਾ ਆਦਮੀ ਉਹ ਕਹਿੰਦਾ ਮੈਂ ਕੀ ਲੈਣਾ ਸਿਆਪੇ ਤੋਂ, ਮੈਂ ਮੱਥਾ ਟੇਕਿਆ, ਮੈਂ ਦੁਬਾਰਾ ਇਲੈਕਸ਼ਨ ਹੀ ਨਹੀਂ ਲੜਨੀ। ਔਰ ਇਹ ਆਪਣੇ ਬੰਦੇ ਉੱਥੇ ਫਿੱਟ ਕਰਦੇ ਆ, ਜਦੋਂ ਉਹ ਪੈਸੇ ਬਣਾਉਣ ਦਾ ਉਹਨਾਂ ਦਾ ਨਿਸ਼ਾਨਾ ਹੀ ਇਹੀ ਹੈ ਵੀ ਪੈਸੇ ਕਿਵੇਂ ਬਣਨਗੇ, ਇਹ ਤਾਂ ਮੂਵਮੈਂਟ ਕਿਵੇਂ ਬਚੇਗੀ। ਇਹ ਤਾਂ ਇਸੇ ਲਈ ਅਸੀਂ ਅਪੀਲ ਕੀਤੀ ਆ ਲੋਕਾਂ ਨੂੰ ਵੀ ਬਾਹਰ ਨਿਕਲੋ, ਆਪੋ ਆਪਣੇ ਅਦਾਰੇ ਨੂੰ ਸੰਭਾਲੋ। ਇਹ ਨਹੀਂ ਸਾਰੇ ਪੰਜਾਬ ਵਿੱਚ ਅਸੀਂ ਤਾਂ ਨਹੀਂ ਬੈਠ ਸਕਦੇ, ਆਪੋ ਆਪਣੇ ਥਾਂ ਲੋਕਾਂ ਨੂੰ ਬਾਹਰ ਨਿਕਲਣਾ ਪਏਗਾ। ਔਰ ਕੋਈ ਸਮਾਂ ਸੀ ਜਿਹੜੀ ਤੁਸੀਂ ਗੱਲ ਕੀਤੀ, ਕਿਸੇ ਵੇਲੇ ਅੱਜ ਤੋਂ ਕੋਈ 40 ਸਾਲ ਪਹਿਲਾਂ ਪੰਜਾਬ ਦੀਆਂ 5-6 ਸ਼ੂਗਰ ਮਿੱਲਾਂ ਹੁੰਦੀਆਂ ਸੀ, ਉਹਨਾਂ ਵਿੱਚ ਸਾਡੇ ਜਥੇਬੰਦੀ ਦੇ ਇਲੈਕਟਿਡ ਬੋਰਡ ਹੁੰਦੇ ਸੀ। ਤੁਸੀਂ ਹੈਰਾਨ ਹੋਵੋਗੇ, ਪੁਰਾਣੇ ਪੱਤਰਕਾਰਾਂ ਨੂੰ ਯਾਦ ਹੋਣਾ ਸੀ 14 ਰੁਪਈਏ ਤੋਂ ਸਿੱਧਾ ਹੀ 28 ਰੁਪਈਏ 'ਤੇ ਗੰਨੇ ਦਾ ਭਾਅ ਲੈ ਗਏ ਸੀ। ਉਹਦੇ ਬਾਵਜੂਦ ਮਿੱਲਾਂ ਨੂੰ ਪ੍ਰੋਫਿਟ ਹੋਇਆ, ਇੰਨਾ ਪ੍ਰੋਫਿਟ ਹੋਇਆ, ਚੱਠਾ ਸਾਹਿਬ ਹੁੰਦੇ ਸੀ ਸੈਕਟਰੀ ਕੋਆਪਰੇਟਿਵ, ਅਸੀਂ ਉਹਨਾਂ ਨੂੰ ਕਿਹਾ ਜੀ ਤੁਹਾਨੂੰ ਕੀ ਲਾਭ ਹੋਊ ਇਹਨੂੰ ਪ੍ਰੋਫਿਟ ਸ਼ੋ ਕਰਕੇ, ਇਨਕਮ ਟੈਕਸ ਲੱਗ ਜਾਣਾ, ਸੈਂਟਰ ਵਾਲੇ ਲੈ ਜਾਣਗੇ, ਇਹ ਕਿਸਾਨਾਂ ਨੂੰ ਵੰਡ ਦਿਉ। ਉਹ ਕਹਿੰਦੇ ਮੈਨੂੰ ਕੋਈ ਰਾਹ ਨਹੀਂ ਲੱਭਦਾ ਸੀ, ਕਿ ਰਾਹ ਅਸੀਂ ਦੱਸ ਦਿੰਦੇ ਹਾਂ। ਰਾਹ ਅਸੀਂ ਦੱਸਿਆ ਵੀ ਸਾਡੀ 8.5% ਰਿਕਵਰੀ ਦੇ ਉੱਤੇ ਗੰਨੇ ਦਾ ਭਾਅ ਤੈਅ ਹੁੰਦਾ। ਉਸ ਵੇਲੇ ਉਹਨਾਂ ਦਿਨਾਂ 'ਚ ਰਿਕਵਰੀ ਵੀ ਵੱਧ ਹੁੰਦੀ ਸੀ, 11.25-11 ਸੀ ਰਿਕਵਰੀ। ਵੀ ਗੰਨੇ 'ਚ ਚੀਨੀ ਸਾਡੇ 'ਚੋਂ ਬਣੀ ਹੈ, ਐਕਟ ਵਿੱਚ ਪ੍ਰੋਵੀਜ਼ਨ ਹੈ, ਜਿਹੜੀ 3.5-3 ਕਿਲੋ ਚੀਨੀ ਵੱਧ ਬਣੀ ਉਹਦੀ ਐਡੀਸ਼ਨਲ ਕੇਨ ਪ੍ਰਾਈਜ਼ ਦੇ ਦਿਉ। ਸਾਰੇ ਪੰਜਾਬ ਵਿੱਚ ਕਰੋੜਾਂ ਰੁਪਈਆ ਐਡੀਸ਼ਨਲ ਕੇਨ ਪ੍ਰਾਈਜ਼ ਦੇ ਤੌਰ 'ਤੇ ਦੇ ਦਿੱਤਾ। ਅਤੇ ਜਦੋਂ ਇਹ ਆਏ, ਹੁਣ ਸਾਡੀ ਇੱਕ ਪੇਸ਼ ਨਹੀਂ ਜਾਂਦੀ ਵੀ ਜਿਹੜੇ ਪੋਲੀਟੀਸ਼ੀਅਨ ਜਦੋਂ ਆ ਜਾਂਦਾ, ਆਹ ਬੈਠਾ ਤੁਹਾਡੇ ਸਾਹਮਣੇ 10 ਸਾਲ ਇਹ ਚੇਅਰਮੈਨ ਰਿਹਾ ਮੋਹਾਲੀ ਮਿਲਕ ਪਲਾਂਟ ਦਾ, 10 ਸਾਲ 8-10 ਕਰੋੜ ਰੁਪਈਆ ਪ੍ਰੋਫਿਟ ਬਣਦੇ ਨੇ। ਜਿੱਦਣ ਇਹ ਹਟਿਆ,
ਇਹਨੂੰ ਮੈਂ ਕਿਹਾ ਉੱਥੇ ਦਿੱਲੀ ਮੋਰਚੇ ਤੋਂ ਜਾ ਤੂੰ ਕਾਗਜ਼ ਪਰ ਮਿਲਕ ਪਲਾਂਟ 'ਚ ਤੈਨੂੰ ਹੀ ਭੇਜਣਾ, ਇਹਦੇ ਕਾਗਜ਼ ਰੱਦ ਕਰ ਦੇ। ਤੁਰਿਆ ਫਿਰਦਾ ਕੋਰਟਾਂ 'ਚ, ਮੁੜ ਕੇ ਕੋਈ ਸੁਣਵਾਈ ਨਹੀਂ। ਤਰੀਕਾ ਹੀ ਇਹੀ ਹੈ ਵੀ ਜੇ ਜਿਹੜੇ ਜੇ ਚੰਗੇ ਬੰਦੇ ਆਉਣ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੂੰ ਅਸੂਟ ਨਹੀਂ ਕਰਦੇ, ਉਹਨਾਂ ਦੇ ਕਾਗਜ਼ ਰੱਦ ਕਰ ਦਿੰਦੇ। ਤੁਰੇ ਫਿਰ ਅਦਾਲਤਾਂ 'ਚ ਕੋਈ ਸਿਸਟਮ ਹੀ ਨਹੀਂ ਹੈ। ਐਕਚੁਲੀ ਜੀ ਸਹਿਕਾਰੀ ਨਹੀਂ, ਇਹ ਸਰਕਾਰੀ ਕੰਟਰੋਲ ਹੋ ਗਿਆ ਸਾਰਾ, ਕਿਉਂਕਿ ਇਹਦੇ ਵਿੱਚ ਤਾਂ ਸਾਰੀਆਂ ਪਾਰਟੀਆਂ ਦੇ, ਕੋਈ ਇੱਕ ਪਾਰਟੀ ਦੀ ਇਹ ਕੋਈ ਸੰਸਥਾ ਨਹੀਂ ਹੈ ਕੋਆਪਰੇਟਿਵ। ਇਹ 'ਚ ਜਿੰਨੀਆਂ ਪੋਲੀਟੀਕਲ ਪਾਰਟੀਆਂ, ਜਿੰਨੀਆਂ ਕਿਸਾਨ ਜਥੇਬੰਦੀਆਂ, ਸਾਰਿਆਂ ਦੀ ਰਲ ਕੇ ਕੋਆਪਰੇਟਿਵ ਮੂਵਮੈਂਟ ਬਣੀ ਹੋਈ ਹੈ। ਅਫਸੋਸ ਇਸ ਗੱਲ ਦਾ ਹੈ ਵੀ ਜਿਹੜੀ ਵੀ ਪੋਲੀਟੀਕਲ ਪਾਰਟੀ ਆਉਂਦੀ ਹੈ ਸਰਕਾਰੀ ਕੰਮ ਕਰੇ, ਜਾਂ ਤਾਂ ਵਿਧਾਨ ਸਭਾ 'ਚ ਇੱਕ ਬਿੱਲ ਲਿਆਵੇ, ਇਹਨੂੰ ਜਿਹੜੀ ਸਰਕਾਰ ਆਵੇ ਆਪਣੇ ਬੰਦੇ ਆਪਣੇ ਨੋਮੀਨੇਟ ਕਰ ਦੇਵੇ ਉਹ ਬੋਰਡ ਚਲਾਉਣ, ਜਾਂ ਬਿਲਕੁਲ ਇਹਦਾ ਇੱਕ ਕਮਿਸ਼ਨ ਬਣੇ ਜਿਹੜੀ ਬਿਲਕੁਲ ਫੇਅਰ ਇਲੈਕਸ਼ਨ ਹੋਵੇ, ਲੋਕ ਜਿਹਨੂੰ ਚੋਣ ਚੁਣ ਕੇ ਭੇਜ ਦੇਣ। ਤਾਂ ਇੱਥੇ ਤਾਂ ਲੋਕਾਂ ਦਾ ਹੈ ਹੀ ਨਹੀਂ ਜੀ, ਇੱਥੇ ਤਾਂ ਇਲੈਕਸ਼ਨ ਤੋਂ ਪਹਿਲਾਂ ਇੰਸਪੈਕਟਰ ਨੂੰ ਸ਼ਾਮ ਨੂੰ ਬੁਲਾ ਕੇ MLA ਮੰਤਰੀ ਲਿਸਟ ਦੇ ਦਿੰਦਾ ਹੈ ਵੀ ਤੂੰ ਇਹ ਬੰਦੇ ਅਨਾਊਂਸ ਕਰਦੇ ਹਾਂ, ਅਸੀਂ ਸਬੂਤ ਦੇ ਸਕਦੇ ਹਾਂ, ਤੁਸੀਂ ਕਿਤੇ ਵਿਜ਼ਿਟ ਕਰ ਲਵੋ। ਉਹ ਲਿਸਟ ਚਲੀ ਜਾਂਦੀ ਹੈ ਇੰਸਪੈਕਟਰ ਕੋਲ, ਉਹ ਜਿਹੜੀ ਲਿਸਟ ਹੈ ਉਹ ਸ਼ਾਮ ਨੂੰ 5 ਵਜੇ ਉਹ ਲਾ ਕੇ ਆਪਣਾ ਦਮ ਦੇ ਕੇ ਨਿਕਲ ਜਾਂਦਾ ਹੈ ਵੀ ਉਹ ਜਿਹੜੇ ਬੰਦੇ ਰਹਿੰਦੇ ਆ ਜ਼ਰੂਰ ਰਹਿ ਜਾਂਦੇ ਨੇ। ਉਹਨਾਂ ਨੂੰ ਫਿਰ ਇਹ ਬਾਈਲਾਜ ਦੀਆਂ ਜਿਹੜੀਆਂ ਸ਼ਰਤਾਂ ਨੇ, ਉਹ ਬੰਦੇ ਅੱਜ ਵੀ ਤੁਸੀਂ ਆਪ ਪਤਾ ਕਰ ਸਕਦੇ ਹੋ ਜਿਹੜਾ ਬਾਈਲਾਜ ਹੈ ਕੋਈ ਰੂਲ ਨਹੀਂ ਫੋਲੋ ਕਰਦੇ। ਜਿਹੜੇ ਬੰਦੇ ਦੁੱਧ ਪਾਉਂਦੇ ਨਹੀਂ ਸੋਸਾਇਟੀਆਂ ਦੇ ਵਿੱਚ ਉਹ ਡਾਇਰੈਕਟਰ ਬਣੇ ਹੋਏ ਹੈ, ਜਿਹੜੇ ਗੰਨਾ ਨਹੀਂ ਵੇਚਦੇ ਉਹ ਡਾਇਰੈਕਟਰ ਬਣੇ ਹੋਏ ਹੈ। ਤੇ ਤੁਸੀਂ ਆਪ ਹਿਸਾਬ ਲਾ ਲਓ ਵੀ ਜਿਹੜੇ ਬੰਦੇ ਉਸ ਸੰਸਥਾ ਨਾਲ ਜੁੜੇ ਹੋਏ ਨੇ ਉਹ ਤਾਂ ਭਲਾ ਕਿਵੇਂ। ਇੱਕ ਮੈਂ ਤੁਹਾਨੂੰ ਮਿਸਾਲ ਹੋਰ ਦਿੰਦਾ, ਜਿਹੜੀ ਗੁਜਰਾਤ ਦੀ ਕੋਆਪਰੇਟਿਵ ਕਿਉਂ ਸਾਰੇ ਹਿੰਦੁਸਤਾਨ 'ਚੋਂ ਸਫਲ ਹੈ। ਮੈਨੂੰ ਮੌਕਾ ਮਿਲਿਆ ਇੱਕ ਕਮੇਟੀ 'ਚ ਗੁਜਰਾਤ ਜਾਣ ਦਾ, ਮਹਾਰਾਸ਼ਟਰ ਗੁਜਰਾਤ ਕਈ ਸਟੇਟਾਂ ਦੀ ਕੋਆਪਰੇਟਿਵ ਸਟੱਡੀ ਕਰਨ ਦਾ। ਉੱਥੇ ਇੱਕ ਬੀਬੀ ਦੁੱਧ ਪਾ ਕੇ ਗਈ 2 ਲੀਟਰ ਇੱਕ ਸੁਸਾਇਟੀ 'ਚ, ਮੇਰੇ ਨਾਲ ਬਾਕੀ ਮੈਂਬਰ ਵੀ ਸੀਗੇ, ਕੁਛ MLA ਸੀ। ਅਸੀਂ ਉਹਨੂੰ ਪੁੱਛਿਆ ਬੀਬੀ ਦੁੱਧ ਪਾ ਕੇ ਆਈ ਹੈ, ਤੇਰੀ ਫੈਟ ਕਿੰਨੀ ਆਈ ਹੈ? ਕਹਿੰਦੀ ਮੈਂ ਆਪਣੀ ਦੱਸਾਂ ਕਿ ਸਾਰੀ ਸੁਸਾਇਟੀ ਦੀ ਦੱਸਾਂ? ਉਹਨੂੰ ਪੂਰਾ ਗਿਆਨ ਸੀ ਵੀ ਮੇਰੀ ਸੁਸਾਇਟੀ 'ਚ ਅੱਜ ਇੰਨਾ ਦੁੱਧ ਆਇਆ, ਉਹਦੀ ਇੰਨੀ SNF ਹੈ, ਇੰਨੀ ਉਹਦੀ ਫੈਟ ਹੈ। ਅਸੀਂ ਕਿਹਾ ਤੁਹਾਡਾ ਸੈਕਟਰੀ? ਕਹਿੰਦੀ ਉਹ ਤਾਂ ਹਮਾਰਾ ਨੌਕਰ ਹੈ, ਇਹ ਇੱਕ ਆਮ ਮੈਂਬਰ ਦਾ। ਅਸੀਂ ਫਿਰ ਕਈਆਂ 'ਤੇ ਟਰਾਈ ਕੀਤਾ, ਹਰੇਕ ਦਾ ਜਵਾਬ ਇਸੇ ਤਰ੍ਹਾਂ ਮਿਲਿਆ। ਮੈਂ ਇੱਕ ਮੀਟਿੰਗ 'ਚ ਉੱਥੇ ਇੱਕ ਜੁਆਇੰਟ ਰਜਿਸਟਰਾਰ ਸੀ, ਮੈਂ ਉਹਨੂੰ ਸਵਾਲ ਤਾਂ ਕੁਛ ਹੋਰ ਕੀਤਾ। ਸਾਡੇ ਇੱਥੇ 67A 'ਚ ਕਿਸੇ ਵੇਲੇ ਫੜ ਕੇ ਕਿਸਾਨ ਨੂੰ ਡਿਫਾਲਟਰ ਨੂੰ ਅੰਦਰ ਦਿੰਦੇ ਹੁੰਦੇ ਸੀ, ਉਹਨਾਂ ਦੇ ਐਕਟ ਵਿੱਚ ਇਹ ਹੈ ਨਹੀਂ ਸੀ ਧਾਰਾ। ਮੈਂ ਪੁੱਛਿਆ ਵੀ ਤੁਸੀਂ ਇਹ ਐਕਟ 'ਚ ਨਹੀਂ ਪਾਈ, ਸਾਡੇ ਤਾਂ ਜਿਹੜੇ ਕੋਆਪਰੇਟਿਵ ਵਾਲੇ ਨੇ ਉਹਨਾਂ ਨੂੰ ਅਧਿਕਾਰ ਨੇ 67A 'ਚ ਫੜ ਕੇ ਅੰਦਰ ਦੇ ਸਕਦੇ ਨੇ। ਬੜਾ ਇੰਟਰਸਟਿੰਗ ਜਵਾਬ ਸੀ, ਮੈਂ ਅੱਜ ਤੱਕ ਨਹੀਂ ਭੁੱਲਿਆ, ਕੋਈ 30-40 ਸਾਲ ਪੁਰਾਣੀ ਗੱਲ ਹੈ। ਵੀ ਆਰ ਨੋਟ ਮਾਸਟਰਸ ਆਫ ਕੋਆਪਰੇਟਿਵਸ, ਵੀ ਆਰ ਗਾਈਡਸ ਟੂ ਦਾ ਕੋਆਪਰੇਟਿਵਸ। ਸਾਡਾ ਕੰਮ ਹੈ ਜੇ ਉਹ ਗਲਤ ਫੈਸਲਾ ਕਰਦੇ ਨੇ, ਗਲਤ ਇੰਪਲੀਮੈਂਟ ਕਰਦੇ ਨੇ, ਉਹਨਾਂ ਨੂੰ ਪੁਆਇੰਟ ਆਊਟ ਕਰ ਦੇਣਾ ਵੀ ਭਾਈ ਆ ਗਲਤ ਪਾਸੇ ਜਾ ਰਹੇ ਹੋ, ਘਾਟੇ ਜਾਓਗੇ। ਜੇ ਨਹੀਂ ਰੁਕਦੇ ਉਹਨਾਂ ਦੀ ਸੁਸਾਇਟੀ ਆ ਡੁੱਬ ਜਾਣ, ਅਸੀਂ ਆਪਣੀ ਡਿਊਟੀ ਬਜਾਉਣੀ ਉਹਨਾਂ ਨੂੰ ਗਾਈਡ ਕਰਨ ਦੀ। ਸਾਡੇ ਇੱਥੇ ਕੀ ਹੈ, ਇੱਥੇ ਬਿਊਰੋਕਰੇਸੀ ਅਫਸਰਸ਼ਾਹੀ ਕਹਿੰਦੀ ਆ ਵੀ ਆਰ ਮਾਸਟਰਸ ਆਫ ਕੋਆਪਰੇਟਿਵਸ, ਉਹ ਕਹਿੰਦੇ ਇਹਨਾਂ ਨੂੰ ਜਿਹੜੇ ਚੁਣੇ ਹੋਏ ਨੁਮਾਇੰਦੇ ਇਹਨਾਂ ਨੂੰ ਤਾਂ ਪਤਾ ਕੁਛ ਨਹੀਂ। ਹਰ ਪਿੰਡ ਦੀ ਜੇ ਸੁਸਾਇਟੀ ਬਣ ਵੀ ਜਾਂਦੀ ਹੈ ਤਾਂ ਉਹਨਾਂ ਦੇ ਵਿੱਚ ਗਰੁੱਪਿਜ਼ਮ ਪੈਦਾ ਕਰਨਾ, ਗਰੁੱਪਿਜ਼ਮ ਪੈਦਾ ਕਰਨਾ ਉਹਦੇ ਵਿੱਚੋਂ ਫਿਰ ਮਾਲ ਬਣਨਾ। ਜੇ ਆਪੋ 'ਚ ਹੀ ਲੜਨਗੇ ਤਾਂ ਹੀ ਫਿਰ ਉਹਨਾਂ ਦਾ ਮਾਲ ਬਣੇਗਾ। ਇੱਥੇ ਤਾਂ ਜਿਹੜੀ ਕੋਆਪਰੇਟਿਵ ਸਪਿਰਿਟ ਹੈ ਉਹੀ ਨਹੀਂ ਪੈਦਾ ਹੋਣ ਦਿੱਤੀ। ਇਹਦੇ ਕਰਕੇ ਵੀ ਅਸੀਂ ਮਾਰ ਖਾ ਰਹੇ ਹਾਂ। ਜਿੰਨਾ ਵਧੀਆ ਸਾਨੂੰ ਕੁਦਰਤ ਵਾਲੇ ਨੇ ਜਿੰਨੇ
ਅੱਛੀਆਂ ਚੀਜ਼ਾਂ ਇੱਥੇ ਦਿੱਤੀਆਂ ਨੇ, ਜਿਵੇਂ ਸਾਡੇ ਦੁੱਧ ਦਾ ਕੋਈ ਮੁਕਾਬਲਾ ਨਹੀਂ, ਸਾਡੇ ਘੀ ਦਾ ਕੋਈ ਮੁਕਾਬਲਾ ਨਹੀਂ, ਅੱਜ ਵੀ ਵੇਰਕਾ ਨੰਬਰ ਵਨ ਹੈ ਹਿੰਦੁਸਤਾਨ 'ਚ, ਅਤੇ ਸਾਡੀ ਐਸ ਜੀ ਪੀ ਸੀ ਹੈ ਕੁਆਲਿਟੀ ਵਾਈਜ਼, ਸਾਡੀ ਐਸ ਜੀ ਪੀ ਸੀ ਹੈ, ਕਿਹਨੂੰ ਫਿਕਰ ਹੈ ਐਸ ਜੀ ਪੀ ਸੀ ਕਿ ਉਹ ਜੈਪੁਰ ਤੋਂ ਕਿਸੇ ਫਜ਼ੂਲ ਜੀ ਫਰਮ ਤੋਂ ਮੰਗਵਾਉਂਦੀ ਹੈ, ਉਹ ਵੇਰਕਾ ਤੋਂ ਕਿਉਂ ਨਹੀਂ ਲੈਂਦੀ ਜੀ? ਇੰਨਾ ਕੀ ਉੱਥੇ ਲੱਗਦਾ ਹੈ? ਵੇਰਕਾ ਸਾਡੀ ਆਪਣੀ ਹੈ, ਪੰਜਾਬ ਦੀ ਐਸ ਜੀ ਪੀ ਸੀ ਸਾਰਾ ਕੀ ਜਿਹੜਾ ਗੁਜਰਾਤ ਇੱਥੋਂ ਜੈਪੁਰ ਤੋਂ ਖਰੀਦੀ ਹੈ। ਸਮਾਂ ਕਮਿਸ਼ਨ ਦਾ ਆ ਗਿਆ, ਉਹ ਕਹਿਣਗੇ ਜੀ ਟੈਂਡਰ ਕਰਦੇ ਆ ਪਰ ਕੁਆਲਿਟੀ ਨਹੀਂ ਚੈੱਕ ਕਰਦੇ। ਉਹ ਜਿਹੜੇ ਜ਼ਿਕਰ ਕਰਦੇ ਆ ਜੀ, ਜਿਹੜੀ ਉਹੀ ਗੱਲ ਕਰਦੇ ਆ ਵੀ ਇਹ ਲੋਕ ਜਿਹੜੇ ਜਨਰਲ ਮੈਨੇਜਰ ਜਿਹੜੀਆਂ ਵਾਇਲੇਸ਼ਨ ਕਰਕੇ ਗਏ, ਉਹਨਾਂ ਨੇ ਕਾਰਵਾਈ ਨਹੀਂ ਕਰੀ, ਪੈਸਾ ਤਾਂ ਆਪਣਾ ਡੁੱਬ ਗਿਆ, ਕਿਸਾਨ ਦਾ ਡੁੱਬ ਗਿਆ 12-12। ਬਿਲਕੁਲ ਤੁਸੀਂ ਠੀਕ ਹੈ, ਉਹ ਤਾਂ 12 ਕਰੋੜ ਵੀ ਸਪੈਸ਼ਲ ਆਡਿਟ ਕਰਕੇ ਕੱਢਿਆ ਹੈ, ਅਦਰਵਾਈਜ਼ ਇਹਨੇ ਤਾਂ ਇਹ ਕਹਿਤਾ ਜੀ ਸੋਫਟਵੇਅਰ ਉੱਡ ਗਿਆ ਜੀ, ਉਹ ਪਤਾ ਨਹੀਂ ਲੱਗਦਾ। ਫਿਰ ਉਹਦਾ ਸਪੈਸ਼ਲ ਰੰਧਾਵਾ ਸਾਹਿਬ ਨੂੰ ਕਹਿ ਕੇ ਆਡਿਟ ਕਰਵਾਇਆ, ਫਿਰ ਉਹ ਪੈਸੇ ਨਿਕਲੇ। ਪਰ ਜਿਹੜੀ ਗੱਲ ਹੈ ਜੀ, ਇਹ ਸਾਰੇ ਫਰੈਂਡਲੀ ਮੈਚ ਹੈ ਇਹਨਾਂ ਦਾ, ਦੂਜਾ ਦੂਜੇ ਨਾਲ ਵਿੱਚ ਮਿਲਿਆ, ਚਾਰ ਸ਼ੀਟਾਂ ਹੋਈਆਂ, ਵੀ ਕੋਈ ਕਾਰਵਾਈ ਹੋ ਨਹੀਂ ਹੁੰਦੀ। ਜੇ ਪੈਸਾ ਤਾਂ ਲੋਕਾਂ ਦਾ ਡੁੱਬਿਆ ਪਿਆ, ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਗੁਰਦਾਸਪੁਰ 65 ਕਰੋੜ ਰੁਪਇਆ ਲੋਸ 'ਚ ਹੈ। ਸਭ ਤੋਂ ਲੰਮਾ ਸਮਾਂ ਉੱਥੇ ਦੇ ਚੇਅਰਮੈਨ ਰਹੇ ਮਿਲਕਫੈਡ ਦੇ, ਉੱਥੇ ਦੇ ਮਨਿਸਟਰ ਸਾਹਿਬ ਵੀ ਰਹੇ, ਪਰ ਉਹ 65 ਕਰੋੜ ਦੇ ਘਾਟੇ 'ਚ। ਅੱਜ ਅਮੂਲ ਉੱਥੇ 1 ਲੱਖ ਲੀਟਰ ਦੁੱਧ ਇਕੱਠਾ ਕਰਦੀ ਹੈ, ਜਿਹੜੀ ਕੋਆਪਰੇਟਿਵ ਹੈ ਉਹ 1 ਲੱਖ ਇਕੱਠਾ ਕਰਦੀ ਹੈ। ਅਮੂਲ ਕੱਲ੍ਹ ਆਏ ਨੇ, ਉਹ 25,000 ਸਿਟੀ ਸਪਲਾਈ ਕਰਦੇ ਨੇ, ਜਿਹੜੀ ਸਾਡੀ ਕੋਆਪਰੇਟਿਵ ਸੋਸਾਇਟੀ ਉਹ 35,000 ਕਰਦੀ ਹੈ ਜੀ। ਅੱਗੇ ਸਾਰਾ J&K ਪਿਆ, ਜੇ ਕੰਮ ਕਰਨਾ ਹੋਵੇ ਸਾਡਾ, ਪਹਿਲੀ ਗੱਲ ਤਾਂ ਸਾਡਾ ਮਿਲਕਫੈਡ ਦਾ ਮਾਰਕੀਟਿੰਗ ਸਿਸਟਮ ਇੰਨਾ ਕਮਜ਼ੋਰ ਹੈ ਵੀ ਕਿਤੇ ਸਾਡੀ ਉਹਨਾਂ ਦੀ ਜਿਹੜੀ ਮਾਰਕੀਟ ਕਰਨੀ ਹੈ, ਕਿਤੇ ਸਾਡੇ ਪ੍ਰੋਡਕਟ ਅਵੇਲੇਬਲ ਨਹੀਂ ਹੈ, ਨਾ ਕੋਈ ਸਾਡੇ ਕੋਲ ਅੱਛੇ ਜਿਹੜੇ ਬੰਦੇ ਨੇ ਜਿਹੜੇ ਮਾਰਕੀਟ ਕਰ ਸਕਣ, ਉਹ ਅਵੇਲੇਬਲ ਨੇ। ਸੋ ਜਿਹੜੀਆਂ ਇਹ ਗੱਲਾਂ ਨੇ, ਜਿੰਨਾ ਚਿਰ ਸਾਡੇ ਕੋਲ ਪੂਰਾ ਸਟਾਫ ਨਹੀਂ ਹੋਊਗਾ ਇਹਨਾਂ ਕੋਲ, ਉਹ ਜੇ ਹੁਣ ਅੱਜ ਗੱਲ ਕਰੋ ਕੋਈ ਪ੍ਰੋਡਕਸ਼ਨ ਦਾ ਨਹੀਂ, ਕੋਈ ਕੁਆਲਿਟੀ ਦਾ ਨਹੀਂ, ਕੋਈ ਮਾਰਕੀਟਿੰਗ ਦਾ ਨਹੀਂ, ਸਾਰਾ ਠੇਕੇ ਤੇ ਦਿੱਤਾ। ਜੇ ਤੁਸੀਂ ਕੰਮ ਕਰਾਓਗੇ, 15,000 ਬੱਚਿਆਂ ਦਾ ਸ਼ੋਸ਼ਣ ਕਰੋਗੇ, ਕਿਸੇ ਸਮੇਂ ਦੇ ਵਿੱਚ 80% ਰੈਗੂਲਰ ਸਟਾਫ ਹੁੰਦਾ ਸੀਗਾ, 20% ਆਊਟਸੋਰਸ ਤੇ ਹੁੰਦਾ ਸੀ, ਅੱਜ ਉਲਟ ਹੋ ਗਿਆ, ਅੱਜ 20% ਸਾਡੇ ਕੋਲ ਸਟਾਫ ਰੈਗੂਲਰ, 80% ਆਊਟਸੋਰਸ ਹੈ। ਉਹਨਾਂ ਸ਼ੋਸ਼ਣ ਕਰਦੇ, ਜਿਹਦਾ ਕੋਈ 1 ਲੱਖ ਰੁਪਇਆ ਤਨਖਾਹ ਲੈਂਦਾ ਤਾਂ ਉਹਦੇ 15,000 ਵਾਲੇ ਕੰਮ ਕਰਵਾਉਣੇ ਆ, ਤੇ ਜਦੋਂ ਫਿਰ ਇੱਦਾਂ ਦਾ ਕੰਮ ਹੋਊਗਾ ਜੀ, ਫਿਰ ਇਹ ਤਾਂ ਹਾਲਾਤ ਬਣ ਗਏ ਨਾ। ਹੁਣ ਤੁਹਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਰਕਾਰ ਸਪਸ਼ਟ ਕਰੇ ਵੀ ਕਿਆ ਇਹ ਅਦਾਰੇ ਚਲਾਉਣੇ ਹੈ, ਕਿ 5 ਸਾਲ ਬਾਅਦ ਇਹਨਾਂ ਕੋਲ ਰੈਗੂਲਰ ਜਿਹੜੀ ਟੌਪ ਮੈਨੇਜਮੈਂਟ ਹੈ, ਇਹਨਾਂ ਕੋਲ ਉਹ ਬੰਦੇ ਵੀ ਨਹੀਂ ਹੋਣਗੇ। ਅੱਜ 80% ਪ੍ਰਾਈਵੇਟ ਹੈ, ਕੰਟਰੈਕਟ ਦੇ ਮੁੰਡੇ ਕੋਈ 12,000 ਤੇ, ਕੋਈ 15,000 ਤੇ, ਜਿਹੜੀ ਟੌਪ ਮੈਨੇਜਮੈਂਟ ਹੈ ਉਹ ਵੀ ਦਿਨ-ਦਿਨ ਘੱਟ ਰਹੀ ਹੈ। ਇੱਕ ਇੰਟਰਸਟਿੰਗ ਗੱਲ ਇਹ ਵੀ ਹੈ, ਜਦੋਂ 1 ਲੱਖ ਰੁਪਈਆ ਤਨਖਾਹ ਵਾਲੇ ਸੀ ਉਦੋਂ ਅਸੀਂ ਪ੍ਰੋਫਿਟ ਸੀ, ਅੱਜ 15-15 ਹਜ਼ਾਰ, ਅੱਜ ਅਸੀਂ ਘਾਟੇ 'ਚ, ਅੱਜ ਘਾਟੇ 'ਚ। ਇਹ ਵੀ ਇੰਟਰਸਟਿੰਗ ਹੈ ਵੀ ਜਦੋਂ 1 ਲੱਖ-1 ਲੱਖ ਰੁਪਈਆ ਤਨਖਾਹ ਵਾਲੇ ਸੀ। ਨਹੀਂ ਦੇਖੋ, ਮੈਂ ਤੁਹਾਨੂੰ ਗੱਲ ਦੱਸਦਾ ਜੀ, ਇੱਥੇ ਚੰਡੀਗੜ੍ਹ ਇੱਕ ਜਿਹੜੀ ਅੱਜ ਕੱਲ੍ਹ ਠੇਕਾ ਦਿੰਦੇ ਨੇ, ਚੰਡੀਗੜ੍ਹ ਸਵੀਟਸ ਹੈ, ਸਾਡੇ ਜਿਹੜੇ ਰਿਟਾਇਰਡ ਜਨਰਲ ਮੈਨੇਜਰ ਨੇ ਉੱਥੇ ਲੱਗੇ ਨੇ,
ਜਿਹੜੇ ਹੋਰ ਨੇ ਕੋਈ ਏਦਾਂ ਦੇ ਬੰਦੇ ਉਹ ਅਮੂਲ 'ਚ ਵੀ ਜਾਂਦੇ ਨੇ, ਸੁਪਰ 'ਚ ਵੀ ਜਾਂਦੇ ਨੇ, ਇਹਦੇ 'ਚ ਕੋਈ ਦੋ ਰਾਮ ਨਹੀਂ, ਉਹ ਬੰਦੇ ਉਹਨਾਂ ਦੇ ਵਿੱਚ ਕੰਮ ਕਰਦੇ ਨੇ ਆਫਟਰ ਰਿਟਾਇਰਮੈਂਟ। ਸਰਕਾਰ ਦੋ ਪਾਸੇ ਰਗੜਾ ਲਾਉਂਦੀ ਹੈ ਲੋਕਾਂ ਨੂੰ, ਇੱਕ ਪਾਸੇ ਤੋਂ ਉੱਤੇ ਰੋਡ ਟੈਕਸ ਵੀ ਲੈ ਲੈਂਦੇ ਨੇ, ਪੈਟਰੋਲ ਵੀ ਹੈ, ਰੋਡ ਪ੍ਰੋਵਾਈਡ ਕਰਨਾ ਸਰਕਾਰ ਦੀ ਡਿਊਟੀ ਹੁੰਦੀ ਹੈ, ਅਤੇ ਫਿਰ ਟੋਲ ਦਾ ਕੀ ਮਤਲਬ ਹੈ ਜੀ, ਦੋਹਰਾ ਟੈਕਸ ਲੈਣਾ, ਫਿਰ ਜੇ ਕਿਸਾਨ ਵਿਰੋਧ ਕਰਦੇ ਨੇ ਉਹਨੂੰ ਅਰੈਸਟ ਕਰ ਲਓ, ਇੱਦੋਂ ਮੰਦੀ ਗੱਲ ਹੋਰ ਕੀ ਹੋ ਸਕਦੀ ਹੈ। ਸੁਪਰੀਮ ਕੋਰਟ ਦੇ ਫੈਸਲੇ ਐਵੇਂ ਹੁੰਦੇ ਜੀ, ਅੱਗੇ ਜਦੋਂ ਅਸੀਂ ਦਿੱਲੀ ਬੈਠੇ ਸੀ ਉਦੋਂ ਵੀ ਇੱਕ ਕਮੇਟੀ ਬਣਾਈ ਸੀ, ਉਹ ਸਾਰੇ ਸਰਕਾਰੀ ਹੁੰਦੇ ਨੇ, ਉਹ ਕਮੇਟੀਆਂ ਸਰਕਾਰ ਦੇ ਹੱਕ 'ਚ ਰਿਪੋਰਟ ਦੇਣੀ ਹੁੰਦੀ ਹੈ, ਉਹਨਾਂ ਨੇ ਅਸੀਂ ਤਾਂ ਉਦੋਂ ਹੀ ਰਿਜੈਕਟ ਕਰਤੀ ਸੀ, ਹੁਣ ਵੀ ਇੱਦਾਂ ਦੀ ਉਹ ਬਣੇਗੀ। ਨਹੀਂ ਚਲੋ, ਅਸੀਂ ਵੀ ਚਿੱਠੀ ਲਿਖੀ ਹੋਈ ਹੈ, ਜਿਹੜੀ ਮੇਨ ਐਸਕੇਮ ਹੈ, ਪ੍ਰਾਈਮ ਮਿਨਿਸਟਰ ਨੂੰ ਵੀ ਲਿਖਿਆ ਹੈ, ਅਤੇ ਰਾਹੁਲ ਗਾਂਧੀ ਨੂੰ ਵੀ ਲਿਖਿਆ ਹੈ, ਖੜਗੇ ਨੂੰ ਵੀ, ਰਾਜ ਸਭਾ ਜਿਹੜੇ ਅਪੋਜੀਸ਼ਨ ਲੀਡਰ ਨੇ ਉਹਨਾਂ ਨੂੰ ਵੀ ਲਿਖਿਆ ਵੀ ਸਾਨੂੰ ਟਾਈਮ ਦਿਓ, ਮੋਸਟ ਪ੍ਰੋਬਬਲੀ 2 ਤਾਰੀਖ ਨੂੰ ਰਾਹੁਲ ਗਾਂਧੀ ਨਾਲ ਸ਼ਾਇਦ ਸਾਡੀ ਮੀਟਿੰਗ ਹੋਏਗੀ, ਜੋ ਮੈਨੂੰ ਉਹਨਾਂ ਨੇ ਕਿਹਾ ਆਪਣਾ ਖਾਲੀ ਰੱਖਿਓ 2 ਤਰੀਕ, ਮਿਲਾਂਗੇ, ਦੇਖੋ ਕੀ ਹੁੰਦਾ।